ਜੇ ਸੰਸਥਾ ਪਰਿਵਾਰਵਾਦ ਭਾਰੂ ਹੋਊਗਾ, ਉਹਨਾਂ ਚਿਰ ਕੋਈ ਵੀ ਪਾਰਟੀ ਜਿਹੜੀ ਸੰਸਥਾ ਕਾਮਯਾਬ। ਹੱਥ ਨਾਲ ਦਿੱਤੀਆਂ ਗੰਢਾਂ ਹੁਣ ਬੂਹ ਨਾਲ ਖੋਲਣੀਆਂ ਨਹੀਂ, ਖੁੱਲਣੀਆਂ ਹੀ ਨਹੀਂ। ਜਿਹੜੇ ਇਹ ਜਾਣੀ ਕਿ ਚੱਲੇ ਹੋਏ ਖੁੱਲ ਲਾ ਲਓ, ਚਾਹੇ ਪੁਰਾਣੇ ਲਾ ਲਓ, ਇਹਨਾਂ ਪਿੱਛੇ ਹੋਣਾ ਪਊ ਸਾਰਾ। ਬਿਲਕੁਲ, ਉਹਨਾਂ ਕੋਲ ਲੋਕ ਇਹਨਾਂ ਦੀ ਲਿਸਟ ਤੋਂ ਨਹੀਂ ਲੈ ਹੁੰਦੇ। ਤੰਨੂ ਮਾਜਰਾ ਅਲੱਗ ਹੋ ਗਏ ਨੇ, ਜਗੀਰ ਕੌਰ ਅਲੱਗ ਹੋ ਗਏ ਨੇ, ਕਈ ਤਮਾਮ ਲੀਡਰ ਨੇ ਜਿਹੜੇ ਹੁਣ ਕਹਿੰਦੇ ਨੇ ਸਿਧਾਂਤਾਂ ਤੇ ਪਹਿਰਾ ਦੇਣਾ, ਜਿਹੜੇ ਹੁਣ ਬੋਲਦੇ ਨੇ ਕਿ ਆਹ ਮਾੜਾ ਆਹ ਮਾੜਾ ਕਹਿ ਰਹੇ ਨੇ। ਸਾਰਾ ਪਤਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਿਹਨੇ ਕਰਾਈ ਹੈ, ਇਹਨਾਂ ਦੇ ਉਦੋਂ ਇਹਨਾਂ ਦੇ ਸਿਧਾਂਤ ਕਿੱਥੇ ਉਦੋਂ ਕਿਉਂ ਨਹੀਂ ਬੋਲੇ? ਜਿਹੜੇ ਚਿਹਰੇ ਕੰਡਮ ਹੋ ਚੁੱਕੇ ਨੇ, ਲੋਕਾਂ 'ਚ ਬਦਨਾਮ ਹੋ ਚੁੱਕੇ ਨੇ, ਉਹ ਜੇ ਕਿਰਪਾ ਕਰਕੇ ਪਿੱਛੇ ਬਹਿ ਜਾਣ ਪੰਜਾਬ ਦਾ, ਸ਼ਾਇਦ ਕੋਈ ਮਾੜਾ ਮੋਟਾ ਅਗਲਾ ਸਾਰੇ ਆਵਾਮ ਨੂੰ ਲੋਕਾਂ ਨੂੰ ਪਿੰਡਾਂ 'ਚ ਪਤਾ ਲੱਗ ਜਾਏ ਇਹਨੇ ਕਿੰਨੇ ਕੇ ਪਾਲਿਆ। ਇਹਨਾਂ ਨੂੰ ਮੂੰਹ ਨਹੀਂ ਲਾਉਣਾ। ਜਿਹੜੀ ਪਾਰਟੀ ਕਿੱਥੇ ਜਾਂਦੀ ਜਾਂਦੀ, ਅੱਜ ਇੱਕ MLA ਇਹਨਾਂ ਦਾ MLA, ਕੋਈ MP ਵੀ ਇਹਨਾਂ ਨੇ ਸਾਰਾ ਆਪਣਾ ਸਾਰਾ ਤਾਣ ਲਾ ਦਿੱਤਾ ਅਤੇ ਦਸਾਨੀਆਂ ਦਾ ਜਮਾਨਤ ਜਬਤ ਹੋ ਗਈ। ਜਿਹੜਾ ਚੋਣ ਛਾਣ ਸੀ ਅਕਾਲੀ ਦਲ, ਉਹ ਤੱਕੜੀ ਦੇ ਵਿੱਚ ਇੱਕ ਪਰਿਵਾਰ ਨੇ, ਬਾਦਲ ਪਰਿਵਾਰ ਨੇ, ਇੱਕ ਬੰਨੇ ਸਾਰੇ ਪੰਚ ਨੂੰ ਤੋਲਿਆ, ਇੱਕ ਬੰਨੇ ਆਪਣੇ ਪਰਿਵਾਰਵਾਦ ਨੇ ਜ਼ਿਆਦਾ ਨੁਕਸਾਨ ਕੀਤਾ। ਕੀ ਇਹਨਾਂ ਦੇ ਪੁੱਤਰ ਜਾਂ ਇਹਨਾਂ ਦੀਆਂ ਨੋਹਾਂ ਜਾਂ ਪੁੱਤਰਾਂ ਦੇ ਸਾਲੇ ਜਾਂ ਭਰਾ ਹੀ ਲੀਡਰ ਨੇ ਜਾਂ ਉਹਨਾਂ 'ਚ ਹੀ ਗੁਣ ਆ ਕਿ ਪਬਲਿਕ ਵਿੱਚ ਵੀ ਗੁਣ ਹੋ ਸਕਦਾ? ਜਦੋਂ ਹੁਣ ਸਾਰੇ ਬੰਨੇ ਹਾਰ ਹੋ ਗਈ ਹੈ, ਹੁਣ ਉੱਥੇ ਜਾ ਕੇ ਮਾਫ਼ੀ ਮੰਗਣਗੇ, ਕਿਆ ਮਾਫ਼ੀ? ਇਹਨਾਂ ਦੇ ਹਜੇ ਵੀ ਅੰਦਰ ਲਾਲਸਾ ਵੀ, ਉਹ ਕਹਿੰਦਾ ਮੈਨੂੰ ਪ੍ਰਧਾਨ ਬਣਾ ਦਿਓ, ਕਹਿੰਦਾ ਮੈਨੂੰ ਪ੍ਰਧਾਨ। ਕੁਰਸੀ ਦੀ ਲੜਾਈ ਹੈ ਫਿਰ। ਕਈ ਹੋਰ ਲੀਡਰ ਨੇ, ਦਲਜੀਤ ਸਿੰਘ ਚੀਮਾ ਨੇ, ਕਹਿੰਦੇ ਤਾਂ ਸਾਰੀਆਂ BJP ਦੀਆਂ BT ਮਾਰੇ ਸੀ, ਇਹ ਤਾਂ BJP ਇਹਨਾਂ ਦੇ ਪਿੱਛੇ। ਜਦੋਂ ਤੁਸੀਂ ਉਹਨਾਂ ਨਾਲ ਰਾਸ ਦਾ ਪੋਗੀ, ਤੁਸੀਂ ਉੱਥੇ ਮਿਨਿਸਟਰ ਰਹੇ ਹੋ, ਸੈਂਟਰ ਦੇ ਵਿੱਚ ਮਿਨਿਸਟਰੀ ਦੀ ਆ, ਤਾਂ ਇਕੱਠੀਆਂ ਸਟੇਜਾਂ ਲਾਉਂਦੇ ਆ, ਉਦੋਂ ਤੁਹਾਨੂੰ ਕੀ ਕਹੀਏ ਵੀ ਤੁਸੀਂ ਉਦੋਂ BJP ਦੇ ਏਜੰਟ ਸੀ ਜਾਂ ਕੀ? ਹਰਸਿਮਰਤ ਕਹਿੰਦੇ ਵੀ ਇਹਨਾਂ ਲੀਡਰਾਂ ਦੇ ਨਾਲ ਜਾਣ ਨਾਲ ਤਾਂ ਕੋਈ ਫਰਕ ਹੀ ਨਹੀਂ ਪੈਣਾ। 5 ਲੀਡਰ ਨੇ, ਕਹਿੰਦੇ 117 ਚੁੱਕੇ ਨੇ, ਬਾਕੀ ਸਾਡੇ ਨਾਲ ਨੇ, ਕਹਿੰਦੇ ਸਾਰੇ ਸੁਖਬੀਰ ਬਾਦਲ ਦੀ ਪ੍ਰਧਾਨਗੀ 'ਚ ਪਹੁੰਚੇ। ਸਾਈਕਲ ਤਾਂ ਇਹ ਬੜਾ ਮੋਟਾ ਸਟੈਂਡ ਆ ਤੁਹਾਡਾ, ਉਹ ਵੀ ਵਿੰਗਾ ਟੇਡਾ ਸਟੈਂਡ ਆ, ਜਦੋਂ ਮਰਜ਼ੀ ਮਰਜ਼ੀ ਅੱਜ ਕੇ BJP ਇਹਨਾਂ ਨੂੰ ਕਹਿ ਦਿੰਦੀ ਕੁਛ, ਤਾਂ ਇਹਨਾਂ ਨੇ ਬੇਨਤੀ ਤੇ ਲੈ ਲੈਣੀ। ਜੇਕਰ ਸੁਖਬੀਰ ਉਹ ਅਸਤੀਫਾ ਦੇ ਦਿੰਦੇ ਨੇ, ਪਾਰਟੀ ਉੱਠ ਸਕਦੀ ਆ, ਪਾਰਟੀ ਮੁੜ ਪੈਰਾਂ 'ਤੇ ਲੀਹਾਂ 'ਤੇ ਚੜ ਸਕਦੀ ਆ? ਨਹੀਂ, ਡਿਪੈਂਡ ਕਰਦਾ ਵੀ ਪਾਰਟੀ ਨੂੰ ਅਗਵਾਈ ਕੌਣ ਕਰੇਗਾ। ਤੁਹਾਨੂੰ ਕੀ ਲੱਗਦਾ ਕਿ ਜਿਹੜੇ ਮੋਰਚਿਆਂ 'ਚੋਂ ਨਿਕਲੀ ਪਾਰਟੀ ਸੀ, ਉਹ ਮੋਰਚੇ ਕਿਤੇ ਨਜ਼ਰ ਹੀ ਨਹੀਂ ਆਉਂਦੇ ਹੁਣ? ਲੋਕਾਂ ਨੇ ਨਕਾਰ ਦਿੱਤੀ ਪਾਰਟੀ, ਮੋਰਚਾ ਕਿਤੇ ਲੱਗ? ਇਹ ਸਾਰੀਆਂ ਚੀਜ਼ਾਂ ਨੇ ਨਿਗਾਰ ਦਾ ਕਰਨ। ਬਿਲਕੁਲ ਨਿਗਾਰ ਦਾ ਕਰਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮੈਂ ਨਹੀਂ ਕਹਿੰਦਾ ਇੰਨੀ ਬੇਅਦਬੀ ਕਰਾਈ, ਪਰ ਇਹਨੂੰ ਪਤਾ ਸੀ, ਇਹਨਾਂ ਨੂੰ ਪਤਾ ਸੀ ਸੁਦੇਸ਼ ਸੈਣੀ ਨੇ ਕੀ ਕੀਤਾ। ਅਕਾਲੀ ਦਲ ਦੇ ਵਿੱਚ ਜੋ ਧੜੇਬੰਦੀ ਉੱਭਰੀ ਆ, ਤਾਂ ਉਸਨੇ ਹਰ ਕਿਸੇ ਨੂੰ ਚਿੰਤਾ ਦੇ ਵਿੱਚ ਵੀ ਪਾਇਆ ਹੋਇਆ। ਪਰ ਹੁਣ ਸਵਾਲ ਇਹ ਉੱਠ ਰਿਹਾ ਕਿ ਜੋ ਇਸ ਸਮੇਂ ਲੀਡਰ ਵੱਖੋ ਵੱਖ ਹੋਏ ਨੇ, ਕਿ ਅਜਿਹੇ ਦੇ ਵਿੱਚ ਅਕਾਲੀ ਦਲ ਮੁੜ ਸੁਰਜੀਤੀ ਵੱਲ ਵਧੇਗਾ? ਸਭ ਤੋਂ ਪੁਰਾਣੀ ਪਾਰਟੀ ਆ ਖੇਤਰੀ ਪਾਰਟੀ, ਉਸਦੇ ਕਾਰਨ ਕੀ ਨੇ, ਕਿਉਂ ਨਿਗਾਰ ਵੱਲ ਗਈ, ਕਿਹੜੀਆਂ ਉਹ ਗਲਤੀਆਂ ਨੇ ਜਿਨ੍ਹਾਂ ਗਲਤੀਆਂ ਦੀ ਅੱਜ ਜਿਹੜੇ ਕੁਝ ਲੀਡਰ ਵੱਖ ਹੋਏ ਨੇ ਉਹ ਮਾਫ਼ੀ ਮੰਗਣਾ ਚਾਹੁੰਦੇ ਨੇ, ਕਿਹੜੀਆਂ ਕਿਹੜੀਆਂ ਕੁਤਾਹੀਆਂ ਕੀਤੀਆਂ ਕਿ ਉਹ ਲੀਡਰ ਉਦੋਂ ਬੋਲਦੇ ਰਹੇ ਨੇ ਜਿਹੜੇ ਅੱਜ ਵੱਖ ਹੋ ਗਏ? ਤਮਾਮ ਸਵਾਲ ਨੇ ਜਿਹੜੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਨੇ, ਸਿੱਖ ਕੌਮ ਦੇ ਸਾਹਮਣੇ ਨੇ, ਜਿਹੜੇ ਇਹ ਵੀ ਚਾਹੁੰਦੇ ਨੇ ਕਿ ਅਕਾਲੀ ਦਲ ਮੁੜ ਸੁਰਜੀਤੀ ਵੱਲ ਵਧੇ, ਭਾਵੇਂ ਕਿ ਕਾਫ਼ੀ ਲੰਮੇ ਅੰਦੋਲਨ ਤੋਂ ਬਾਅਦ, ਮੋਰਚਿਆਂ ਤੋਂ ਬਾਅਦ, ਕੁਰਬਾਨੀਆਂ ਤੋਂ ਬਾਅਦ ਇਹ ਪਾਰਟੀ ਹੋਂਦ ਵਿੱਚ ਆਈ ਸੀ। ਸਾਡੇ ਨਾਲ ਕੌਮੀ ਇਨਸਾਫ ਮੋਰਚੇ ਦੇ ਆਗੂ ਭਾਈ ਪਾਲ ਸਿੰਘ ਫਰਾਂਸ ਨੇ। ਫਰਾਂਸ ਸਾਹਿਬ, ਬਹੁਤ ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਰਾਂਸ ਸਾਹਿਬ, ਕਿਸ ਤਰ੍ਹਾਂ ਦੇਖਦੇ ਹੋ ਜੋ ਇਸ ਸਮੇਂ ਅਕਾਲੀ ਦਲ ਦੇ ਵਿੱਚ ਟਕਰਾਅ ਚੱਲ ਰਿਹਾ, ਦੋ ਧੜਿਆਂ ਦੇ ਵਿੱਚ ਵੰਡਿਆ ਗਿਆ ਅਕਾਲੀ ਦਲ, ਕੀ ਲੱਗਦਾ ਤੁਹਾਨੂੰ ਭਵਿੱਖ ਕੀ ਰਹਿਣ ਵਾਲਾ ਅਕਾਲੀ ਦਲ ਦਾ? ਦੇਖੋ ਜੀ, ਭਵਿੱਖ ਤਾਂ ਅਕਾਲ ਪੁਰਖ ਨੂੰ, ਵਾਹਿਗੁਰੂ ਨੂੰ ਪਤਾ ਭਵਿੱਖ ਕੀ ਹੋਊਗਾ। 103 ਸਾਲ ਪੁਰਾਣੀ ਇਹਦੀ ਹਿਸਟਰੀ ਆ ਅਕਾਲੀ ਦਲ ਦੀ, ਕੁਰਬਾਨੀਆਂ ਕਰਕੇ ਇਹ ਹੋਂਦ ਵਿੱਚ ਆਈ ਪਾਰਟੀ ਹੈ। ਇਹ ਜਿੰਨੇ ਵੀ ਪੁਰਾਣੇ ਜਥੇਦਾਰ ਹੋਏ ਨੇ ਜੀ, ਪ੍ਰਧਾਨ ਹੋਏ ਨੇ, ਜ਼ਿਲ੍ਹਾ ਜਥੇਦਾਰ ਹੋਏ ਨੇ ਜਾਂ ਸਰਕਲ ਜਥੇਦਾਰ ਹੋਏ,
ਉਹ ਬਹੁਤ ਕੁਰਬਾਨੀ ਵਾਲੇ ਹੋਏ ਨੇ। ਉਹਨਾਂ ਦੇ ਅੰਦਰ ਰਾਜ ਸੱਤਾ ਭੋਗਣ ਦੀ ਇੱਛਾ ਹੀ ਨਹੀਂ ਸੀ, ਨਾ ਉਹਨਾਂ ਦੇ ਅੰਦਰ ਭਾਈ ਭਤੀਜਾਵਾਦ ਸੀ। ਇਹੀ ਕਾਰਨ ਸੀਗਾ ਕਿ ਇਹ ਜਥੇਬੰਦੀ ਬੜੀਆਂ ਕੁਰਬਾਨੀਆਂ ਸ਼ਹਾਦਤਾਂ ਵਿੱਚ ਲੰਘ ਕੇ ਇੱਕ ਪੰਜਾਬ ਦੀ ਵਾਗਡੋਰ ਸੰਭਾਲਣ ਵਿੱਚ ਸਫਲ ਹੋ ਗਈ। ਅੱਜ ਵੀ ਇਹ 'ਚ ਕੋਈ ਦੋ ਰਾਵਾਂ ਨਹੀਂ ਗਈਆਂ। ਪੰਜਾਬ ਦੀ ਖੇਤਰੀ ਪਾਰਟੀ ਇੱਕੋ ਇੱਕ ਅਕਾਲੀ ਦਲ ਹੈ ਜਿਹੜਾ ਪੰਜਾਬ ਦੇ ਹਿੱਤਾਂ ਲਈ ਕੋਈ ਕੰਮ ਕਰ ਸਕਦਾ, ਸੋਚ ਸਕਦਾ। ਪਰ ਇਹਨਾਂ ਨੇ ਜਦੋਂ ਦੀ ਇਸ ਸ਼ਹੀਦਾਂ ਦੀ ਪਾਰਟੀ ਨੂੰ ਪੰਜਾਬ ਦੀ ਪਾਰਟੀ ਬਣਾ ਦਿੱਤਾ ਜੀ, ਜਦੋਂ ਇਹਦੇ ਵਿੱਚ ਇਹਨਾਂ ਨੇ ਸੰਗ ਨਾਲ ਦੂਜਿਆਂ ਦਾ ਆਸਰਾ ਲੈਣਾ ਸ਼ੁਰੂ ਕੀਤਾ, ਪੰਥਕ ਲੋਕਾਂ ਨੂੰ, ਪੰਥਕ ਸੋਚ ਵਾਲਿਆਂ ਨੂੰ ਇਗਨੋਰ ਕੀਤਾ, ਉਹ ਜਿਹੜਾ ਕਿ ਆਪਣੇ ਪੁੱਤਰਾਂ ਨੂੰ ਜਿੰਨੇ ਵੀ ਜਥੇਦਾਰ ਨੇ, ਮੁਖੀ ਨੇ, ਹੁਣ ਕੋਈ ਐਮ ਪੀ ਰਿਹਾ, ਕੋਈ ਐਮ ਐਲ ਏ ਰਿਹਾ, ਕੋਈ ਮੰਤਰੀ ਰਿਹਾ, ਜਿਹਨਾਂ ਨੇ ਰਾਜ ਸੱਤਾ ਭੋਗੀ ਹੈ, ਔਰ ਇਹਨਾਂ ਨੇ ਇਹ ਸੋਚਿਆ ਵੀ ਸਾਡਾ ਪਹਿਲਾਂ ਮੁੰਡਾ ਅੱਗੇ ਆਵੇ ਜਾਂ ਸਾਡੀ ਕੋਈ ਨੂੰਹ ਆਵੇ ਜਾਂ ਸਾਡੀ ਘਰ ਵਾਲੀ ਆਵੇ ਜਾਂ ਭਤੀਜਾ ਆਵੇ ਜਾਂ ਭਰਾ ਆਵੇ। ਪਰਿਵਾਰਵਾਦ ਨੇ ਜ਼ਿਆਦਾ ਨੁਕਸਾਨ ਕੀਤਾ ਪਰਿਵਾਰਵਾਦ। ਦੇਖੋ ਜੀ, ਮੈਂ ਤਾਂ ਇਸ ਸੋਚਦਾ ਜਾਂ ਸੁਣਨਾ ਚਾਹੁੰਦਾ ਇਹਨਾਂ ਲੋਕਾਂ ਤੋਂ ਕਿ ਅੱਗੇ ਜਿਹੜੇ ਸਟੈਪ ਬਾਈ ਸਟੈਪ, ਕਦਮ ਬਾਈ ਕਦਮ ਜਿਹੜੇ ਅੱਗੇ ਲੀਡਰ ਆਉਂਦੇ ਸੀ, ਨੌਜਵਾਨ ਤਬਕਾ ਆਉਂਦਾ ਸੀ, ਉਹ ਕੰਮ ਕਰਦਾ ਸੀ 5-7 ਸਾਲ 10 ਸਾਲ ਤੱਕ ਆਉਂਦਾ, ਕੀ ਇਹਨਾਂ ਦੇ ਪੁੱਤਰ ਜਾਂ ਇਹਨਾਂ ਦੀਆਂ ਨੋਹਾਂ ਜਾਂ ਪੁੱਤਰਾਂ ਦੇ ਸਾਲੇ ਜਾਂ ਭਰਾ ਹੀ ਲੀਡਰ ਨੇ ਜਾਂ ਉਹਨਾਂ 'ਚ ਹੀ ਗੁਣ ਆ ਕਿ ਪਬਲਿਕ ਵਿੱਚ ਵੀ ਗੁਣ ਹੋ ਸਕਦਾ? ਮੈਂ ਤੁਹਾਨੂੰ ਆਪਣੇ ਤੁਹਾਡੇ ਮਾਧਿਅਮ ਨੂੰ ਇੱਕ ਲੋਕਾਂ ਨੂੰ ਦੱਸਣਾ ਚਾਹੁੰਦਾ ਦੇਸ਼ ਵਿਦੇਸ਼ਾਂ ਦੇ। ਸਾਡੇ ਅਸੀਂ ਬਾਬਾ ਜੀ ਕਹਿੰਦੇ ਹਾਂ ਇੱਥੇ, ਸੂਸਾ ਦਾ ਦਾਦਾ ਕਹਿੰਦੇ, ਗ੍ਰੈਂਡ ਫਾਦਰ 1913 ਦੇ ਵਿੱਚ ਕੌਮਾਂ ਗਾਟਾ ਮਾਰੂ ਜਹਾਜ਼ ਆਏ, ਠੀਕ ਹੈ ਜੀ, ਬਿਮਾਰ ਹੋ ਗਏ, ਮਲੇਸ਼ੀਆ ਤੋਂ ਵਾਪਸ ਆ ਗਏ, ਬਸ ਕਾਫੀ ਲੰਬਾ ਸਮਾਂ। ਉਸ ਤੋਂ ਬਾਅਦ ਸਾਡੇ ਪਿਤਾ ਜੀ ਨੇ ਬੱਬਰ ਅਕਾਲੀ ਲਹਿਰ ਦੇ ਵਿੱਚ ਸਜ਼ਾ ਕੱਟੀ, ਜੇਲ੍ਹ ਗਏ, ਅਤੇ ਉਹ ਰਾਜਸਥਾਨ ਦੇ ਜਥੇਦਾਰ ਵੀ ਰਹੇ ਆ ਉਸ ਸਮੇਂ ਦੇ 1934-35 ਵਿੱਚ। ਅਸੀਂ, ਸਾਨੂੰ ਪਤਾ ਵੀ ਜਿਹੜੀ ਪੰਜਾਬ ਦੇ ਲੋਕਾਂ ਦੀ ਸੋਚ ਹੈ, ਗੁਰੂ ਗ੍ਰੰਥ ਸਾਹਿਬ ਦੇ ਮੰਨਣ ਵਾਲੀ ਸੋਚ ਆ, ਉਹ ਪਿਆਰ ਕਰਦੇ ਨੇ ਅਕਾਲੀ ਦਲ ਨੂੰ। ਪਰ ਇੱਕ ਨੁਕਸਾਨ ਕੀ ਹੋਇਆ, ਜਿਹੜੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੀ ਤੱਕੜੀ ਸੀ, ਜਿਹੜਾ ਚੋਂਡ ਛਾਂਡ ਸੀ ਅਕਾਲੀ ਦਲ ਦਾ, ਉਹ ਤੱਕੜੀ ਦੇ ਵਿੱਚ ਇੱਕ ਪਰਿਵਾਰ ਨੇ, ਬਾਦਲ ਪਰਿਵਾਰ ਨੇ, ਇੱਕ ਬੰਨੇ ਸਾਰੇ ਪੰਥ ਨੂੰ ਤੋਲਿਆ, ਇੱਕ ਬੰਨੇ ਆਪਣੇ ਪਰਿਵਾਰ ਨੂੰ ਪਾਇਆ। ਉਹ ਚੋਣ ਛਾਣ ਅਜੇ ਵੀ ਪਿੰਡਾਂ ਦੇ ਵਿੱਚ ਲੋਕਾਂ ਦੀ ਸੋਚ ਹੈ, ਪੰਥਕ ਦੋ ਰਾਵਾਂ ਨਹੀਂ ਗਿਆ। ਉਹ ਇੱਕ ਪਰਿਵਾਰ ਨੂੰ ਲੋਕ ਕਰਦੇ, ਨਫ਼ਰਤ ਕਰਦੇ ਨੇ, ਉਹ ਚਾਹੁੰਦੇ ਨੇ ਪਰਿਵਾਰ ਨੇ ਸਾਰਾ ਗਲਬਾ ਪਾਇਆ ਹੋਇਆ, ਇਹ ਪਰਿਵਾਰ ਹੀ ਐਸ ਜੀ ਪੀ ਸੀ ਪ੍ਰਧਾਨ ਦੀ ਨਿਯੁਕਤੀ ਕਰਦਾ, ਇਹ ਪਰਿਵਾਰ ਹੀ ਤਿੰਨਾਂ ਜਥੇਦਾਰਾਂ ਦੀ, ਚਾਹੇ ਦਮਦਮਾ ਸਾਹਿਬ ਹੈ, ਚਾਹੇ ਕੇਸਗੜ੍ਹ ਸਾਹਿਬ ਹੈ, ਚਾਹੇ ਸ੍ਰੀ ਅਕਾਲ ਤਖ਼ਤ ਸਾਹਿਬ ਆ, ਚਾਹੇ ਦਰਬਾਰ ਸਾਹਿਬ ਦਾ ਹੈੱਡ ਗ੍ਰੰਥੀ ਹੈ, ਇਹ ਨਿਯੁਕਤ ਕਰਦੇ ਨੇ, ਜਦਕਿ ਆਪ ਇਹਨਾਂ ਨੂੰ ਇਲ ਦਾ ਕੁੱਕੜ ਨਹੀਂ ਆਉਂਦਾ ਗੁਰਮਤ ਦਾ। ਇਹਨਾਂ ਨੇ ਸਭ ਤੋਂ ਜ਼ਿਆਦਾ ਵੱਡਾ ਇਸ ਪਰਿਵਾਰ ਨੇ ਨੁਕਸਾਨ ਕੀਤਾ ਵਾ। ਉਹ ਨੁਕਸਾਨ ਅੱਜ ਦੇਖ ਲਓ ਭੁਗਤਦੇ ਭੁਗਤਦੇ, ਜਿਹੜੀ ਪਾਰਟੀ ਕਿੱਥੇ ਜਾਂਦੀ ਜਾਂਦੀ, ਅੱਜ ਇੱਕ MLA ਇਹਨਾਂ ਦਾ, ਉਹਦਾ ਇੱਕ MLA, ਉਹ MP ਵੀ ਇਹਨਾਂ ਨੇ ਸਾਰਾ ਆਪਣਾ ਸਾਰਾ ਤਾਣ ਲਾਤਾ, ਅਤੇ ਦਸਾਨੀਆਂ ਦਾ ਜ਼ਮਾਨਤਾਂ ਜ਼ਬਤ ਹੋ ਗਈਆਂ। ਉਹ ਕਾਰਨ ਕੀ ਹੈ ਕਿ ਜਿੰਨਾ ਚਿਰ ਜਿਸ ਵੀ ਪਾਰਟੀ ਦੇ, ਜਿਸ ਵੀ ਸੰਸਥਾ ਵਿੱਚ ਪਰਿਵਾਰਵਾਦ ਭਾਰੂ ਹੋਊਗਾ, ਜਿਹੜਾ ਕੈਡਰ ਆ ਉਹਨੂੰ ਤਰਜੀਹ ਨਹੀਂ ਦਿੱਤੀ ਜਾਊਗੀ, ਮਿਹਨਤੀ ਲੋਕਾਂ ਨੂੰ ਅੱਗੇ ਨਹੀਂ ਲਿਆ ਜਾਏਗਾ,
ਉਹਨਾਂ ਚਿਰ ਕੋਈ ਵੀ ਪਾਰਟੀ ਜਿਹੜੀ ਸੰਸਥਾ ਕਾਮਯਾਬ ਨਹੀਂ। ਤੁਹਾਨੂੰ ਕੀ ਲੱਗਦਾ ਕਿ ਬਾਦਲ ਦੇ ਰਾਜ ਦੇ ਵਿੱਚ ਕਿਹੜੀਆਂ ਔਕਤਾਂ ਆਈਆਂ ਹੋਈਆਂ, ਜਿਸ ਤਰ੍ਹਾਂ ਹੁਣ ਚੰਦੂ ਮਾਜਰਾ ਅਲੱਗ ਹੋ ਗਏ ਨੇ, ਜਗੀਰ ਕੌਰ ਅਲੱਗ ਹੋ ਗਏ ਨੇ, ਪਰਮਿੰਦਰ ਢੀਂਡਸਾ ਹੈ, ਹੋਰ ਕਈ ਤਮਾਮ ਲੀਡਰ ਨੇ ਜਿਹੜੇ ਹੁਣ ਕਹਿੰਦੇ ਨੇ ਸਿਧਾਂਤਾਂ 'ਤੇ ਪਹਿਰਾ ਦੇਣਾ, ਕਿਹੜੀਆਂ ਕੁਤਾਹੀਆਂ ਤੁਹਾਨੂੰ ਲੱਗਦਾ ਕਿ ਬਾਦਲ ਦੇ ਰਾਜ ਦੇ ਵਿੱਚ ਤੁਸੀਂ ਵੀ ਕਈ ਕਾਰਵਾਈਆਂ ਭੁਗਤੀਆਂ ਨੇ? ਇਹਨਾਂ ਨੂੰ ਪਹਿਲਾਂ ਇਹ ਪੁੱਛੋ ਵੀ ਇਹਨਾਂ ਨੇ ਸਿਧਾਂਤਾਂ 'ਤੇ ਹੁਣ ਪਹਿਰਾ ਦੇਣਾ ਇਹ ਚਾਹੁੰਦੇ ਨੇ, ਨਾਂ ਤੁਸੀਂ ਲੈ ਦਿੱਤੇ ਆ, ਇਹ ਉਦੋਂ ਇਹਨਾਂ ਦੇ ਸਿਧਾਂਤ ਕਿੱਥੇ ਗਏ ਸੀ ਜਦੋਂ ਇਹ ਸੱਤਾ ਵਿੱਚ ਸੀ? ਇਹ ਇਹਨਾਂ ਹੀ ਲੀਡਰਾਂ ਨੇ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਦਿਸੀ ਨਹੀਂ, ਇਹਨਾਂ ਨੂੰ ਸੌਦੇ ਸਾਧ ਨੂੰ ਜਿਹੜੀ ਪੁਸ਼ਾਕ ਪਹਿਨੀ ਦਿਸੀ ਨਹੀਂ, ਇਹ ਖੁਦ ਮੰਨੇ ਵੀ ਅਸੀਂ ਪੁਸ਼ਾਕ ਪਹਿਨੇ ਹਾਂ ਗੁਰੂ ਗੋਬਿੰਦ ਸਿੰਘ ਦੀ। ਸ਼ੁਰੂਆਤ ਇਹਨਾਂ ਤੋਂ ਹੋਈ ਆ, ਜਿਹੜੇ ਹੁਣ ਬੋਲਦੇ ਨੇ ਕਿ ਆਹ ਮਾੜਾ ਕਹਿ ਰਹੇ ਨਾ, ਇਹਨਾਂ ਨੇ ਰਾਜ ਸੱਤਾ ਭੋਗਦੇ ਨੂੰ ਸਾਰਾ ਪਤਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਿਹਨੇ ਕਰਾਈ ਆ, ਠੀਕ ਹੈ ਜੀ। ਇਹਨਾਂ ਨੇ ਸਵੇਦ ਸੈਣੀ ਵਰਗਿਆਂ ਨੂੰ ਜਦੋਂ ਡੀ ਜੀ ਪੀ ਲਾਇਆ ਖੁਦ ਉਹਦੇ ਵਿੱਚ ਸਰਕਾਰ ਵਿੱਚ ਸੀਗੇ ਨਾ, ਇਹਨਾਂ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਗੋਲੀ ਚੱਲੀ ਉੱਥੇ ਬਹਿਬਲ ਕਲਾਂ ਗੋਲੀ ਕਾਂਡ ਜਾਂ ਕੋਟਕਪੂਰੇ, ਇਹ ਖੁਦ ਸੱਤਾ ਵਿੱਚ ਸੀਗੇ। ਇਹਨਾਂ ਨੇ ਉਦੋਂ ਇਹਨਾਂ ਦੇ ਸਿਧਾਂਤ ਕਿੱਥੇ ਕਿ ਉਦੋਂ ਕਿਉਂ ਨਹੀਂ ਬੋਲੇ? ਉਦੋਂ ਇਹ ਕਈ ਮੈਂ ਕਈਆਂ ਦੀ ਇੰਟਰਵਿਊ ਸੁਣਿਆ ਵੀ ਅਸੀਂ ਦਬਵੀਂ ਆਵਾਜ਼ ਵਿੱਚ ਕਿਹਾ। ਦਬਵੀਂ ਆਵਾਜ਼ ਦਾ ਮਤਲਬ ਕੀ ਹੋਇਆ? ਜੇ ਬੰਦਾ ਗਲਤ ਆ ਜਾਂ ਉਹਨੂੰ ਗਲਤ ਕਹੋ ਜਾਂ ਉਹਨੂੰ ਸਹੀ ਕਹੋ, ਦੋ ਦੋ ਚੀਜ਼ਾਂ ਨੇ, ਗਲਤ ਜਾਂ ਸਹੀ। ਜੇ ਉਦੋਂ ਗਲਤ ਕਹਿੰਦੇ ਨਾ ਤਾਂ ਉਸ ਹੁਣ ਤੇ ਜਿਹੜਾ ਪ੍ਰਧਾਨ ਅਕਾਲੀ ਦਲ ਦਾ ਉਹਦੇ ਇਹ ਕੰਮ ਕਰਨਾ ਜਿਹੜਾ ਹੁਣ ਡਿਕਟੇਟਰਸ਼ਿਪ ਕਰ ਰਿਹਾ, ਅਤੇ ਨਾ ਹੀ ਜਿਹੜੀ ਹਾਲਾਤ ਬਣੀ ਹਾਸ਼ੀਏ 'ਤੇ ਆ ਗਿਆ ਵੀ ਜਿੱਤ ਦੀ ਕਿੰਨੇ ਕਿੰਨੇ ਪੂਰੀਆਂ ਤਿੰਨ ਅਤੇ ਪੰਜ ਵਾਰੀ ਜਿਹੜੀ ਅਕਾਲੀ ਜਿਹੜੀ ਇਸ ਪਰਿਵਾਰ ਦੀ ਸਰਕਾਰ ਬਣੀ ਹੈ, ਅਤੇ ਅੱਜ ਉਹਨਾਂ ਦਾ ਇੱਕ MLA ਕਿਉਂ ਹੁੰਦਾ? 13% ਸਾਰੀਆਂ ਵੋਟਾਂ ਪਈਆਂ ਪੰਜਾਬ, ਜਿਹੜੀ ਪਾਰਟੀ ਦਾ ਪੰਜਾਬ ਵਿੱਚ ਨਾਮ ਨਿਸ਼ਾਨ ਨਹੀਂ ਸੀ ਉਹ 18.5% ਪੱਚੀ ਹਲਕਿਆਂ ਚੋਂ ਜਿੱਤੀ ਹੈ ਵਿਧਾਨਸਭਾ ਹਲਕਿਆਂ ਦੇ ਵਿੱਚੋਂ, ਬੀਜੇਪੀ ਦਾ ਵੋਟ ਬੈਂਕ ਵਧਿਆ ਪੰਜਾਬ, ਬਿਲਕੁਲ ਵਧਿਆ ਜੀ। ਉਹਦੀ ਸਾਰਾ ਜਿਹੜਾ ਕਾਰਨਵਾ ਇੱਕੋ ਪਰਿਵਾਰ ਆ, ਬਾਦਲ ਪਰਿਵਾਰ ਨੇ ਜੜ ਲਾਈ, ਬਿਲਕੁਲ ਜੜ ਲਾਈ ਜੀ। ਇਹਨਾਂ ਨੇ ਪੰਜਾਬ ਪਾਰਟੀ ਬਣਾਇਆ ਉਹਨੂੰ, ਇਹਨੇ ਸਾਰਾ ਕੁਛ। ਜਦੋਂ ਸਰਦਾਰ ਕੁਲਦੀਪ ਸਿੰਘ ਬਟਾਲਾ ਜੋ ਸਵਰਗ ਵਾਸੀ ਨੇ, ਜਿਹਨਾਂ ਦਾ ਪੁੱਤਰ ਗੁਰਪ੍ਰਤਾਪ ਸਿੰਘ ਬਟਾਲਾ ਹੁਣ 2 ਵਾਰੀ MLA ਬਣ ਚੁੱਕਾ, ਉਹਨੇ ਇਹ ਗੱਲ ਕਹੀ ਸੀ ਵਿਦੇਸ਼ ਵਿੱਚ ਜਾ ਕੇ ਵਿਦੇਸ਼ ਦੇ ਲੋਕਾਂ ਦੀਆਂ ਰਗਾਂ ਵਿਦੇਸ਼ ਦੇ ਲੋਕਾਂ ਨੂੰ ਸਮਝ ਕੇ ਉਹਨੇ ਕਿਹਾ ਸੀ ਬਾਦਲ ਸਾਹਿਬ ਆਪਾਂ ਇਹਨੂੰ ਪੰਜਾਬੀ ਪਾਰਟੀ ਨਾ ਬਣਾਈਏ, ਇਹਨੂੰ ਪੰਥਕ ਪਾਰਟੀ ਹੀ ਰਹਿਣ ਦੇ। ਦੇਸ਼ ਵਿਦੇਸ਼ ਦੇ ਲੋਕ ਜਿਹੜੀ ਪੰਥਕ ਸੋਚ ਰੱਖਣ ਵਾਲੇ ਆ ਤੁਹਾਨੂੰ ਕਦੀ ਹਰ ਨਹੀਂ ਦੇਣਗੇ। ਜਦੋਂ ਇਹਨੇ ਬਣ ਗਿਆ, ਇਹਨੇ ਸੰਘ ਦਾ ਸਾਥ ਕਰ ਲਿਆ, ਜਥੇਦਾਰ ਨਿਯੁਕਤ ਕਰਨਾ ਪਏ ਦਰਬਾਰ, ਦੇਖੋ ਇਹਨਾਂ ਦਾ ਰਾਜ ਆ, ਇਹ ਦਾੜੀ ਬੰਨਣ ਇਹਨਾਂ ਦੇ ਪੁੱਤਰ ਦਾੜੀ ਰੰਗਣ ਜੋ ਮਰਜ਼ੀ ਕਰਨ ਕੋਈ ਫਰਕ ਨਹੀਂ। ਜਦੋਂ ਦਰਬਾਰ ਸਾਹਿਬ 'ਤੇ ਕੋਈ ਕਾਂਗਰਸੀ ਜਾਂਦਾ ਸੀ ਕਹਿੰਦੇ ਨੇ ਦਾੜੀ ਰੰਗੀ, ਇਹਨੂੰ ਅਸੀਂ ਸਿਰੋਪੋ ਨਹੀਂ ਦੇਣਾ। ਇਹ ਤਾਂ ਸਿਰੋਪੋ ਦੇ ਕੇ ਉੱਥੇ ਗੁਰੂ ਨਾਨਕ ਦੀ ਗੋਲਕ ਦੀ ਅਤੇ ਗੁਰੂ ਨਾਨਕ ਦੀ ਤਾਕਤ ਦੀ ਇਹਨਾਂ ਦੀ ਜਿਹੜੀ ਕੁਵਰਤੋਂ ਇਹਨੂੰ ਡਾਇਬਿਟੀ, ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਵਾਰ ਵਾਰ ਹੋਈ ਆ ਉਹ ਡਾਇਬਿਟੀ, ਜਿੰਨਾ ਚਿਰ ਅਹਿਸਾਸ ਨਹੀਂ ਕਰਦੇ, ਜਿੰਨਾ ਚਿਰ ਪਰਿਵਾਰ ਪਰੇ ਨਹੀਂ ਹੁੰਦਾ, ਜਿਹੜਾ ਲੀਡਰਾਂ ਨੇ ਸੱਤਾ ਭੋਗੀ ਆ ਚਾਹੇ ਉਹ ਬਾਕੀ ਗਰੁੱਪ ਹੈ ਅਤੇ ਚਾਹੇ ਉਹਦੇ ਨਾਲ ਗਰੁੱਪ ਹੈ, ਜਿੰਨਾ ਚਿਰ ਇਹ ਪਿੱਛੇ ਨਹੀਂ ਹਟਦੇ, ਨਵੀਂ ਲੀਡਰਸ਼ਿਪ ਨੂੰ ਉਭਾਰਦੇ ਨਹੀਂ, ਨਵੇਂ ਲੋਕਾਂ ਨੂੰ ਲਿਆਉਂਦੇ ਨਹੀਂ, ਜਿਹੜੇ ਪੰਥਕ ਸੋਚ ਰੱਖਦੇ, ਜਿਹੜੇ ਪੰਜਾਬ ਦੀ ਉਤਪਤੀ ਪੰਜਾਬ ਦੀ ਤਰੱਕੀ ਦੀ ਕੋਸ਼ਿਸ਼ ਕਰਨਾ ਚਾਹੁੰਦੇ, ਉਹਨਾਂ ਚਿਰ ਅਕਾਲੀ ਦਲ ਦਾ ਕੁਛ ਨਹੀਂ, ਜਿੰਨੇ ਮਰਜ਼ੀ ਤੜਾ ਮਾਰ ਲੈਣ, ਜਿੱਦਾਂ ਹੀ ਮਰਜ਼ੀ ਭੱਜ ਲੈਣ। ਪਰ ਅੱਜ ਤਾਂ ਪ੍ਰੇਮ ਸਿੰਘ ਚੰਦੂ ਮਾਜਰਾ ਕਹਿੰਦੇ ਜਦੋਂ ਗੱਠਜੋੜ ਹੁੰਦਾ ਸੀ ਸੁਖਬੀਰ ਬਾਦਲ ਦਾ, ਕਹਿੰਦੇ ਮਿਹਨਤ ਕਰਦਾ ਰਿਹਾ ਨਰਿੰਦਰ ਮੋਦੀ ਨੇ ਵੀ ਗੱਠਜੋੜ ਕਰ ਲਓ ਜੀ, ਇਹ ਗੱਲਾਂ ਹੁਣ ਬਾਹਰ ਆ ਰਹੀਆਂ ਨੇ। ਨਹੀਂ ਇਹ ਬਾਹਰ ਉਦੋਂ ਕਿ ਨਹੀਂ ਆਈਆਂ, ਜੇ ਇਹ ਸੱਚੇ ਸੁੱਚੇ ਹੈ ਜਦੋਂ ਕਰਨ ਲੱਗਾ ਉਦੋਂ ਪਬਲਿਕ ਨੂੰ ਦੱਸਦੇ, ਉਦੋਂ ਦੱਸਦੇ ਫਿਰ ਲੋਕ ਇਹਨਾਂ ਦਾ ਸਾਥ ਦਿੰਦੇ, ਹੁਣ ਜਦੋਂ ਬਿਲਕੁਲ ਇਹ ਹਾਰ ਮੰਨ ਚੁੱਕੇ ਆ
ਸਿਰ ਸੁੱਟ ਚੁੱਕੇ ਆ। ਹੁਣ ਲੋਕਾਂ 'ਚ ਕਿਹੜੇ ਕਿਹੜੇ ਮੂੰਹ ਨਾਲ ਜਾ ਕੇ ਕਹਿਣਗੇ ਜੀ ਲੋਕ ਕਿਹਨੂੰ ਇਹ ਕਿਹਨੂੰ ਐਕਸੈਪਟ ਕਰਨਗੇ ਲੋਕ, ਲੋਕਾਂ ਨੂੰ ਸਾਰਾ ਪਤਾ। ਉਹ ਕਹਿੰਦੇ ਹੁਣ ਅਸੀਂ ਨੇ ਗਲਤੀਆਂ ਮੰਨਣੀਆਂ ਨੇ, ਗਲਤੀਆਂ ਦੀ ਮਾਫੀ ਮੰਗਣੀ ਆ, ਸ੍ਰੀ ਅਕਾਲ ਤਖਤ ਸਾਹਿਬ ਜਾਵਾਂਗੇ, ਲੰਮਾ ਖਰੜਾ ਤਿਆਰ ਹੋ ਰਿਹਾ, ਚਿੱਠੀ ਤਿਆਰ ਹੋ ਰਹੀ ਹੈ ਵੀ ਆਹ ਗਲਤੀਆਂ ਸਾਡੇ ਰਾਜ 'ਚ ਹੋਈਆਂ ਨੇ, ਆਹ ਗਲਤੀਆਂ ਸਾਡੀ ਲੀਡਰਸ਼ਿਪ ਦੇ ਵਿੱਚ ਹੋਈਆਂ ਨੇ ਜਿਹੜੀਆਂ ਅਸੀਂ ਨੇ ਕੁਤਾਹੀਆਂ ਕੀਤੀਆਂ, ਉਹਦੀ ਮਾਫੀ ਮੰਗਣ ਜਾ ਰਹੇ ਅਕਾਲ ਤਖਤ। ਇਹ ਭਰੋਸਾ ਵੀ ਦਵਾਉਣਗੇ ਵੀ ਗਲਤੀਆਂ ਮੁੜ ਕੇ ਨਹੀਂ ਹੋਣਗੀਆਂ, ਇਹ ਕਿਹਨੂੰ ਭਰੋਸਾ ਦਵਾਉਣਗੇ ਵੀ ਮੁੜ ਕੇ ਨਹੀਂ ਹੋਣਗੀਆਂ ਗਲਤੀਆਂ। ਇਹਨਾਂ ਨੂੰ ਪੁੱਛੋ ਵੀ ਇਹਨਾਂ ਪਹਿਲੀ ਗੱਲ ਤਾਂ ਜਿਹੜਾ ਭਾਈ ਭਤੀਜਾਵਾਦ ਸ਼ੁਰੂ ਕਿੱਥੋਂ ਹੋਇਆ, ਕਿਉਂਕਿ ਇਹਦੀ ਉਹਦੇ 'ਚ ਇਨਵੋਲਵ, ਇਹਨਾਂ ਨੇ ਨਹੀਂ ਆਪਣੇ ਬਾਕੀ ਲੋਕਾਂ ਨੂੰ ਇਗਨੋਰ ਕਰਕੇ ਪਿੱਛੇ ਛੱਡ ਕੇ ਆਪਣੇ ਬੱਚੇ ਬੁਰੇ ਲਿਆਂਦੇ। ਜਦੋਂ ਹੁਣ ਸਾਰੇ ਬੰਨੇ ਹਾਰ ਹੋ ਗਈ ਹੈ, ਹੁਣ ਉੱਥੇ ਜਾ ਕੇ ਮਾਫ਼ੀ ਮੰਗਣਗੇ, ਕਿਆ ਮਾਫ਼ੀ ਹੋਊਗੀ? ਮਾਫ਼ੀ ਉਹ ਬੰਦਾ ਮੰਗ ਸਕਦਾ ਜਿਹੜਾ ਪੂਰੋ ਪੂਰਾ ਅੰਦਰੋਂ ਸਾਫ਼ ਹੋ ਕੇ ਕਵੇ ਵੀ ਅੱਜ ਤੋਂ ਬਾਅਦ ਮੈਨੂੰ ਕੋਈ ਚੀਜ਼ ਦੀ ਇੱਛਾ ਨਹੀਂ, ਕੋਈ ਮੇਰੇ ਅੰਦਰੋਂ ਕੋਈ ਮੰਗ ਹੀ ਨਹੀਂ, ਮੈਂ ਕੁਛ ਨਹੀਂ ਲੈਣਾ। ਇਹਨਾਂ ਦੇ ਹਜੇ ਵੀ ਅੰਦਰ ਲਾਲਸਾ ਵੀ, ਉਹ ਕਹਿੰਦਾ ਮੈਨੂੰ ਪ੍ਰਧਾਨ ਬਣਾ ਦਿਓ, ਕਹਿੰਦਾ ਮੈਨੂੰ ਪ੍ਰਧਾਨ। ਕੁਰਸੀ ਦੀ ਲੜਾਈ ਹੈ ਫਿਰ, ਇਹ ਤਾਂ ਲੜਾਈ ਹੈ ਹੀ ਹੈ ਜੀ। ਜਿੱਦਣ ਕੁਰਸੀ ਜੀ ਜਿੰਨੀ ਜਿੰਨਾ ਚਿਰ ਅਕਾਲੀ ਜਿਹੜੀ ਪਾਰਟੀ ਸੀ ਤਿਆਗ ਵਾਲੀ ਸੀ, ਕੁਰਬਾਨੀ ਵਾਲੀ ਸੀ, ਠੀਕ ਹੈ ਜੀ, ਨਾ ਬੰਦਗੀ ਵਾਲੀ ਸੀ, ਸਿਮਰਨ ਵਾਲੀਆਂ ਰੂਹਾਂ ਸੀ, ਸਵੇਰ ਡੱਬਾ ਬੰਨ ਕੇ ਬਾਠ ਤਾਰਾ ਸਿੰਘ ਅੱਗੇ ਰੋਟੀ ਘਰੋਂ ਲਿਜਾਂਦੇ ਰਹੇ, ਜਿੰਨਾ ਚਿਰ ਉੱਦਾਂ ਦੀ ਮੁੜ ਕੇ ਆਉਂਦੀ ਨਹੀਂ, ਉੱਦਾਂ ਦੀ ਸੋਚ ਨਹੀਂ ਬਣਦੀ, ਜਿੰਨਾ ਚਿਰ ਇਹ ਨਹੀਂ ਸੋਚਦੇ ਵੀ ਅਸੀਂ ਹੁਣ ਥੱਕ ਗਏ, ਅਸੀਂ ਸਿਆਸਤ ਹੁਣ ਕਰ ਨਹੀਂ ਸਕਦੇ, ਸਾਨੂੰ ਹੁਣ ਲੋਕਾਂ ਨੇ ਮੂੰਹ ਨਹੀਂ ਲਾਉਣਾ, ਹੁਣ ਨਵੀਂ ਲੀਡਰਸ਼ਿਪ ਕਿਵੇਂ ਹੋ ਸਕਦੀ ਜੀ? ਸੌਖਾ ਜਿਹਾ ਜੀ ਤਰੀਕਾ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਸੰਕਲਪ ਸਿਧਾਂਤ ਜੋ ਗੁਰੂ ਨਾਨਕ ਦੇਵ ਜੀ ਲੈ ਕੇ ਗੁਰੂ ਗੋਬਿੰਦ ਸਿੰਘ ਬੰਦਾ ਸਿੰਘ ਬਹਾਦਰ ਤੱਕ ਅਤੇ ਅੱਗੇ ਤੱਕ ਮਹਾਰਾਜਾ ਰਣਜੀਤ ਸਿੰਘ ਤੱਕ ਰਿਹਾ ਕਿ ਪੰਜ ਸਿੰਘਾਂ ਦੀ ਗਵਾਹੀ, ਪੰਜ ਗੁਰਮਤੀਆਂ ਦੀ, ਗੁਰਮੁਖਾਂ ਦੀ, ਉਹ ਜਦੋਂ ਜਿੰਨਾ ਚਿਰ ਗਵਾਹੀ ਨਹੀਂ ਕਰਦੇ ਇਹਨਾਂ ਦੇ ਪੈਰ ਨਹੀਂ ਚ ਲੱਗਣੇ, ਜੋ ਮਰਜ਼ੀ ਕਰ ਲੈਣ। ਬਿਲਕੁਲ ਇਹ ਸੱਚਾਈ ਹੈ, ਇਹਨਾਂ ਨੂੰ ਕਿਸੇ ਨੇ ਵੀ ਕਿਸੇ ਇੱਕ ਨੂੰ ਧਿਰ ਨੂੰ ਲੀਡਰ ਨਹੀਂ ਚਾਹਣਾ। ਸੁਖਵੀਰ ਬਾਦਲ ਵੀ ਆਪਣੇ ਜਿਹੜੇ ਉਹਨਾਂ ਦੇ ਸਾਥੀ ਨੇ, ਚਾਹੇ ਵਰਕਿੰਗ ਕਮੇਟੀ ਦੀ ਮੀਟਿੰਗ ਲਾ ਲਓ, ਕੋਰ ਕਮੇਟੀ ਦੀ ਮੀਟਿੰਗ ਲਾ ਲਓ, ਉਹ ਵੀ ਮੀਟਿੰਗਾਂ ਲਗਾਤਾਰ ਹੋ ਰਹੀਆਂ ਨੇ। ਕੱਲ੍ਹ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ, ਉਹ ਕਹਿੰਦੇ ਕਿ ਜੇਕਰ ਤੁਸੀਂ ਗੱਲਬਾਤ ਰੱਖਣੀ ਆ ਪਾਰਟੀ ਦੇ ਪਲੇਟਫਾਰਮ 'ਤੇ ਆ ਜਾਓ, ਕਹਿੰਦੇ ਨਹੀਂ ਤਾਂ ਫਿਰ ਆਪਣੇ ਆਪ ਨੂੰ ਬਾਹਰ ਹੀ ਸਮਝੋ। ਕਹਿੰਦੇ ਉਹਨੂੰ ਪੁੱਛੇ ਵੀ ਇਹ ਉਹ ਪਾਰਟੀ ਦਾ ਪਲੇਟਫਾਰਮ ਨਹੀਂ, ਪਾਰਟੀ ਦਾ ਪਲੇਟਫਾਰਮ ਆ ਵੀ ਜਿਹੜਾ ਪ੍ਰਧਾਨ ਹੈ ਉਹਨੇ ਇਹ ਕੰਟਰੋਲ ਕਰਨਾ ਕਿ ਦੂਸਰਿਆਂ ਨੇ ਕਰਨਾ? ਉਹ ਉਹਨਾਂ ਉਹਨੂੰ ਪੁੱਛਿਆ ਬੰਦੇ ਗਏ ਕਿਉਂ ਪਾਗੀ ਜਦੋਂ ਉਹਨਾਂ ਦੀ ਸੁਣਵਾਈ ਨਹੀਂ ਹੋਈ? ਮੈਂ ਉਹਨਾਂ ਦਾ ਪੱਖ ਨਹੀਂ ਪੂਰਿਆ, ਕਿਤੇ ਨਾ ਕਿਤੇ ਉਹਨਾਂ ਦੀ ਸੁਣਵਾਈ ਨਹੀਂ ਹੋਈ, ਇਹਨੇ ਡਿਕਟੇਟਰਸ਼ਿਪ ਕੀਤੀ, ਇਹਨੇ ਅੱਖ ਹੀ ਨਹੀਂ ਲੱਗਾ, ਇਹਨੇ ਉਹਨਾਂ ਦੀ ਸੁਣੀ ਨਹੀਂ, ਉਹ ਪਰੇ ਹਟ ਗਏ, ਅਤੇ ਪਲੇਟਫਾਰਮ ਵਾਲੀ ਕਿਹੜੀ ਗੱਲ ਹੋ ਗਈ? ਪਲੇਟਫਾਰਮ ਤਾਂ ਉਹਨਾਂ ਕੋਲ ਵੀ ਆ, ਉਹ ਵੀ ਪੁਰਾਣੇ ਬਹੁਤ ਲੰਮੇ ਸਮੇਂ ਤੋਂ ਉਹਨਾਂ ਨੇ ਅਕਾਲੀ ਦਲ, ਇਹ ਤਾਂ ਇਹਨੂੰ ਹਜੇ ਤਾਂ ਮੇਰੇ ਖਿਆਲ 25-30 ਸਾਲ ਹੋਏ ਉਹਨੇ ਅਕਾਲੀ ਦਲ 'ਚ, ਉਦੋਂ ਪੁਰਾਣੇ ਬੈਠੇ ਨੇ, ਉਹਨਾਂ ਦਾ ਕਿਉਂ ਉਹਨਾਂ ਕੋਲ ਕਿਉਂ ਨਹੀਂ ਅਧਿਕਾਰ ਗੱਲ ਕਰਨ ਦਾ? ਜਦੋਂ ਇਹਨਾਂ ਨੇ ਸੁਣੀ ਨਹੀਂ। ਕਈ ਚੋਣਾਂ ਹਾਰ ਗਏ ਨੇ, ਲਗਾਤਾਰ ਹਾਰੇ ਹੋ ਰਹੀ, ਆਪਾਂ ਦੇਖ ਲਓ ਤੁਸੀਂ 17 ਤੋਂ ਲੈ ਕੇ 22 ਹਾਰ ਗਏ, ਲੋਕ ਸਭਾ ਚੋਣਾਂ ਤੁਸੀਂ 2 ਹਾਰ ਗਏ, ਕੁਰਸੀ ਨਾਲ ਇੰਨਾ ਮੋਹ ਕਿਉਂ? ਪ੍ਰਧਾਨ ਜ਼ਿੰਮੇਵਾਰੀ ਕਿਉਂ ਨਹੀਂ ਲੈਂਦਾ? ਜਰਨੈਲ ਜਦੋਂ ਕੋਈ ਜੰਗ ਹਾਰੀ ਜਾਂਦੀ ਆ ਤਾਂ ਸਭ ਤੋਂ ਜਿਹੜੀ ਜੇਕਰ ਜਿੱਤ ਹੁੰਦੀ ਹੈ ਤਾਂ ਵੀ ਜਰਨੈਲ ਦੇ ਮੋਢਿਆਂ 'ਤੇ, ਜੇ ਹਾਰ ਹੁੰਦੀ ਹੈ ਤਾਂ ਵੀ ਜ਼ਿੰਮੇਵਾਰੀ ਉਹਦੀ ਹੈ। ਕਿਉਂ ਨਹੀਂ ਅਸਤੀਫਾ ਦਿੱਤਾ ਜਾਂਦਾ ਜਾਂ ਕਿਉਂ ਨਹੀਂ ਕੁਰਸੀ ਛੱਡੀ ਜਾਂਦੀ? 1993 ਦੇ ਵਿੱਚ, ਪਹਿਲਾਂ 75 'ਚ ਹੋਇਆ, 93 'ਚ ਹੋਇਆ, ਕਿਊਬਕ ਦੇ ਵਿੱਚ ਆਈ ਰੈਫਰੈਂਡਮ ਹੋਇਆ ਜੀ, 2 ਵਾਰੀ ਹੋ ਚੁੱਕਾ। ਮੈਂ ਜਿਹੜੀ 93 ਵਾਲੀ ਦੀ ਦੱਸਦਾ ਵੀ 59.5 ਅਤੇ 50 ਉਹਨਾਂ ਦਾ ਸੀ, 59.5 ਹਰਨ ਵਾਲਿਆਂ ਦਾ ਸੀ, ਕਿਊਬਕਵਾਜ ਪਾਰਟੀ ਉਹਨੂੰ ਕਹਿੰਦੇ ਆ। ਉੱਥੇ ਦਾ CM ਉਸ ਸਮੇਂ ਕਿਊਬਕ ਦਾ ਸੀ, ਰੈਫਰੈਂਡਮ ਦੇ ਹੱਕ 'ਚ, ਕੈਨੇਡਾ ਦਾ ਪ੍ਰਧਾਨ ਮੰਤਰੀ ਸੀ ਅਤੇ ਪਾਰਟੀ ਸੀ। ਜਦੋਂ ਸਿਰਫ ਇੱਕ ਅੱਧੇ 'ਤੇ ਹਰੇ ਉਹ, ਉਹਨਾਂ ਨੇ ਸਾਰਿਆਂ ਨੇ ਅਸਤੀਫਾ ਦੇ ਦਿੱਤਾ।
ਹੱਦ ਵਾਲੀ ਗੱਲ ਆ ਵੀ ਜਿਹੜੇ ਬੰਦੇ ਕੋਲ ਕੁਛ ਵੀ ਨਹੀਂ ਰਿਹਾ ਹੁਣ ਤੱਕ, ਪਾਰਟੀ ਦਾ ਕੁਛ ਨਹੀਂ ਰਿਹਾ, ਪਾਰਟੀ ਦਾ ਇੰਨਾ ਗਰਾਫ ਡਿੱਗ ਗਿਆ, ਲੋਕ ਗਾਲਾਂ ਕੱਢਦੇ, ਕਮੈਂਟਸ ਬਣ ਪਹਿਲਾਂ ਜੇ 200 ਕਮੈਂਟਸ ਆ 198 ਇਹਨਾਂ ਦੇ ਵਿਰੋਧ ਹੁੰਦੇ, ਗਾਲਾਂ ਕੱਢਦੇ ਵੀ ਤੁਸੀਂ ਪਰੇ ਹਟ ਜਾਓ। ਅਕਾਲੀ ਦਲ ਦੇ ਲੀਡਰ ਰੋਜੀ ਬਰਕਤੀ ਦਾ ਮੈਂ ਸੁਣ ਰਿਹਾ ਸੀ ਬਿਆਨ, ਕਈ ਹੋਰ ਲੀਡਰ ਨੇ ਦਲਜੀਤ ਸਿੰਘ ਚੀਮਾ ਨੇ ਕਹਿੰਦੇ ਤਾਂ ਸਾਰੀਆਂ ਬੀਜੇਪੀ ਦੀਆਂ ਬੀ ਟੀਮਾਂ ਨੇ ਜੀ, ਇਹ ਤਾਂ ਬੀਜੇਪੀ ਇਹਨਾਂ ਦੇ ਪਿੱਛੇ। ਇਹ ਪਹਿਲਾਂ ਕਾਂਗਰਸ ਹੀ ਕਹਿੰਦੇ ਸੀ, ਪਹਿਲਾਂ ਕਹਿੰਦੇ ਜਿਹਦੇ ਕੋਈ ਗੱਲਬਾਤ ਕਰਨੀ ਤਾਂ ਕਾਂਗਰਸ ਏਜੰਟ ਆ। ਇਹਨਾਂ ਨੂੰ ਪੁੱਛਿਆ ਵੀ ਜਦੋਂ ਤੁਸੀਂ ਬੀਜੇਪੀ ਦੇ ਵਿੱਚ ਰਹੇ ਹੋ, ਤੁਸੀਂ ਬੀਜੇਪੀ ਦਾ ਸੱਤਾ ਭੋਗੀ ਹੈ, ਉਦੋਂ ਤੁਸੀਂ ਬੀਜੇਪੀ ਦੇ ਏਜੰਟ ਸੀਗੇ ਕੀ ਸੀ? ਅਸੀਂ ਤੈਨੂੰ ਕੀ ਤੁਹਾਨੂੰ ਕੀ ਕਹੀਏ, ਬੀਜੇਪੀ ਦੇ ਏਜੰਟ ਕਹੀਏ ਜਾਂ ਕੀ ਕਹੀਏ? ਜਦੋਂ ਤੁਸੀਂ ਉਹਨਾਂ ਨਾਲ ਰਾਸ ਦਾ ਭੋਗੀ, ਤੁਸੀਂ ਉੱਥੇ ਮਿਨਿਸਟਰ ਰਹੇ ਹੋ, ਸੈਂਟਰ ਦੇ ਵਿੱਚ ਮਿਨਿਸਟਰੀ ਦੀ ਆ, ਤੁਸੀਂ ਇਕੱਠੀਆਂ ਸਟੇਜਾਂ ਲਾਉਂਦੇ ਆ, ਉਦੋਂ ਤੁਹਾਨੂੰ ਕੀ ਕਹੀਏ ਵੀ ਤੁਸੀਂ ਉਦੋਂ ਬੀਜੇਪੀ ਦੇ ਏਜੰਟ ਸੀ ਜਾਂ ਕੀ ਸੀ? ਇਹ ਜਿਹਨੂੰ ਮਰਜ਼ੀ ਮੋਹਰ ਲਾ ਦੇਣ, ਜੋ ਮਰਜ਼ੀ ਕਹਿਣ, ਪਬਲਿਕ ਨੂੰ ਪਤਾ ਲੱਗ ਗਿਆ, ਆਵਾਮ ਨੂੰ, ਲੋਕਾਂ ਨੂੰ, ਪਿੰਡਾਂ 'ਚ ਪਤਾ ਲੱਗ ਜਾਏ ਇਹਨੇ ਕਿੰਨੇ ਕੁ ਪਾਣੀ ਆ, ਇਹਨਾਂ ਨੂੰ ਮੂੰਹ ਨਹੀਂ ਲਾਉਣਾ, ਜਿਹੜਾ ਮਰਜ਼ੀ ਆ ਜਾਵੇ। ਹਰਸਿਮਰਤ ਕਹਿੰਦੇ ਵੀ ਇਹਨਾਂ ਲੀਡਰਾਂ ਦੇ ਨਾਲ ਜਾਣ ਨਾਲ ਤਾਂ ਕੋਈ ਫਰਕ ਹੀ ਨਹੀਂ ਪੈਣਾ, 5 ਲੀਡਰ ਨੇ ਕਹਿੰਦੇ, 117 ਚੋਂ ਗਏ ਨੇ, ਬਾਕੀ ਸਾਡੇ ਨਾਲ ਨੇ, ਕਹਿੰਦੇ ਸਾਰੇ ਸੁਖਬੀਰਬਾਲ ਦੀ ਪ੍ਰਧਾਨਗੀ 'ਚ ਖੁਸ਼ ਨੇ। ਦੇਖੋ ਕਹਿਣ ਨੂੰ ਉਹ ਤਾਂ ਆਪਣੇ ਮਨ ਨੂੰ ਖੁਸ਼ ਕਰ ਲਵੇ, ਉਹ ਇਹ ਦੇਖੇ ਵੀ ਇਹ ਜਿਹੜਾ ਗ੍ਰਾਫ ਅਕਾਲੀ ਦਲ ਦਾ ਗਿਰਿਆ ਕਿਉਂ, ਜਦੋਂ ਦਾ ਉਹ ਸੋਚੇ ਵੀ ਮੇਰੇ ਘਰ ਵਾਲੇ ਨੇ ਬਾਗਡੋਰ ਸੰਭਾਲੀ ਹੈ, ਉਦੋਂ ਤੋਂ ਹੀ ਗੁੱਸੇ ਹੋ ਕੇ ਲੀਡਰ ਚਲੇ ਗਏ। ਉਹ ਇਹ ਸੋਚਿਆ ਆਪਣੇ ਘਰ ਵਾਲੇ ਨੂੰ ਬਿਠਾ ਕੇ ਮਨਾਵੇ ਵੀ ਤੂੰ ਹੀ ਹੁਣ 4 ਕੁ ਦਿਨ ਪਿੱਛੇ ਬਹਿ ਜਾ, ਸ਼ਾਇਦ ਕੋਈ ਪੰਜਾਬ ਦਾ ਭਲਾ ਹੋ ਜਾਏ, ਅਕਾਲੀ ਦਲ ਦਾ ਭਲਾ ਹੋ ਜਾਏ। ਇਹ ਉਹ ਹੀ ਸਿਮਰਤ ਕੌਰ ਬਾਦਲ ਆ ਕਿ ਕੋਈ ਹੋਰ ਆ? ਕਿੰਨਾ ਪਾਣੀ ਜੇ ਥਾਲੀ 'ਚ ਜਿਹੜਾ ਪਾਣੀ ਹੁੰਦਾ ਐਂ ਛਲਕਦਾ, ਇਹ ਛਲਕਦੇ ਨੇ। ਜਦੋਂ ਉੱਥੇ ਮੋਰਚਾ ਆਪਣੇ ਮੋਦੀ ਨੇ ਕਾਨੂੰਨ ਬਣਾ ਲਿਆ, ਖੇਤੀ ਕਾਨੂੰਨ ਆਇਆ, ਬਣਾਏ ਨਾ, ਇਹ ਹੱਕ 'ਚ ਭੁਗਤੀ, ਬੋਲਦੇ ਰਹੇ ਹੱਕ 'ਚ, ਦੋਵੇਂ ਹਸਬੈਂਡ ਵਾਈਫ। ਜਦੋਂ ਕਿਸਾਨ ਮੂਵਮੈਂਟ ਚੱਲੀ, ਇਹ ਕਿਸਾਨਾਂ ਦੇ ਹੱਕ 'ਚ ਹੋ ਗਿਆ। ਹੁਣ ਇਹ ਇਸ ਗੱਲ ਦਾ ਲੋਕਾਂ ਨੂੰ ਪਤਾ ਨਹੀਂ, ਵੋਟਰਾਂ ਨੂੰ ਪਤਾ ਨਹੀਂ, ਬਿਲਕੁਲ ਸਾਰਾ ਪਤਾ। ਲੋਕ ਨਾ ਮੂੰਹ 'ਤੇ ਕਹਿਣ, ਉਹ ਕਹਿੰਦੇ ਤੁਸੀਂ ਬੰਦੇ, ਤੁਸੀਂ ਤੁਹਾਡਾ ਕੋਈ ਸਟੈਂਡ ਹੀ ਹੈ ਨਹੀਂ, ਸਾਈਕਲ ਦਾ ਤਾਂ ਮਾੜਾ ਮੋਟਾ ਸਟੈਂਡ ਆ ਤੁਹਾਡਾ, ਉਹ ਵੀ ਵਿੰਗਾ ਟੇਡਾ ਸਟੈਂਡ ਆ, ਜਦੋਂ ਮਰਜ਼ੀ ਪਰ। ਅੱਜ ਕੇ ਬੀਜੇਪੀ ਇਹਨਾਂ ਨੂੰ ਕਹਿ ਦਿੰਦੀ ਕੁਛ, ਤਾਂ ਇਹਨਾਂ ਨੇ ਮਿਨਿਸਟਰੀ ਫੇਰ ਲੈ ਲੈਣੀ ਸੀ, ਇਹ ਲੈਂਦੇ ਰਹੇ ਨੇ। ਨਹੀਂ, ਜੇਕਰ ਸੁਖਬੀਰ ਉਹ ਅਸਤੀਫਾ ਦੇ ਦਿੰਦੇ ਨੇ, ਪਾਰਟੀ ਉੱਠ ਸਕਦੀ ਆ, ਪਾਰਟੀ ਮੁੜ ਪੈਰਾਂ 'ਤੇ ਲੀਹਾਂ 'ਤੇ ਚੜ੍ਹ ਸਕਦੀ ਹੈ? ਨਹੀਂ, ਡਿਪੈਂਡ ਕਰਦਾ ਵੀ ਪਾਰਟੀ ਨੂੰ ਅਗਵਾਈ ਕੌਣ ਕਰੇਗਾ। ਇਹਨਾਂ 'ਚੋਂ ਜਿਹੜੇ ਬੰਦੇ ਬੁਰੇ ਬੋਲਦੇ ਨੇ, ਜਿਹਨਾਂ ਨੇ ਸੱਤਾ ਭੁੱਗੀ ਹੈ, ਇਹਨਾਂ ਤੋਂ ਲੋਕਾਂ ਨੇ ਪ੍ਰਵਾਨ ਨਹੀਂ ਕਰਨਾ, ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਨਹੀਂ ਪ੍ਰਵਾਨ ਕਰਨਾ। ਜੇ ਕੋਈ ਨਵਾਂ ਚਿਹਰਾ ਲਿਆਉਂਦੇ, ਜਾਂ ਜਿਹੜਾ 5 ਪ੍ਰਧਾਨੀ, ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ, ਬੰਦਾ ਸਿੰਘ ਬਹਾਦਰ ਤੱਕ, 5 ਪ੍ਰਧਾਨੀ ਦਾ ਵੀ ਰਿਹਾ, ਜਿੰਨਾ ਚਿਰ 5 ਪ੍ਰਧਾਨੀ ਆਉਂਦੀ ਨਹੀਂ, ਕੋਈ ਇੱਕ ਬੰਦਾ ਗਲਤੀ ਕਰ ਸਕਦਾ, ਇੱਕ ਬੰਦਾ ਡਿਕਟੇਟਰ ਬਣ ਸਕਦਾ। ਜੋ 5 ਹੋਣਗੇ ਗੁਰੂ ਦੀ ਭੈ ਭਾਵਨੀ 'ਚ, ਗੁਰਮਤਿ ਕੇ ਹੋਣਗੇ, ਉਹ ਫੈਸਲਾ ਸਹੀ ਕਰਨਗੇ, ਬਾਕੀ ਚਲਾਉਣ ਇਹ ਜਿੱਦਾਂ ਚਲਾਉਣਾ। ਪਰ ਜਿਹੜੇ ਚਿਹਰੇ ਕੰਡਮ ਹੋ ਚੁੱਕੇ ਨੇ, ਲੋਕਾਂ 'ਚ ਬਦਨਾਮ ਹੋ ਚੁੱਕੇ ਨੇ, ਉਹ ਜੇ ਕਿਰਪਾ ਕਰਕੇ ਪਿੱਛੇ ਬਹਿ ਜਾਣ, ਪੰਜਾਬ ਦਾ ਸ਼ਾਇਦ ਕੋਈ ਮਾੜਾ ਮੋਟਾ ਅਗਲਾ ਸਵਾਰਿਆ, ਕਿਉਂਕਿ ਲੋਕਾਂ ਨੇ, ਲੋਕ ਪੰਜਾਬ ਦੇ ਵੋਟਰ ਬਹੁਤ ਫਿਕਰਮੰਦ ਨੇ, ਉਹਨਾਂ ਨੇ ਫਿਕਰਮੰਦ ਹੁੰਦਿਆਂ ਬਦਲਾਅ ਲਿਆਉਣ ਲਈ ਪੰਜਾਬ ਆ 92 ਲਾਸ਼ਾਂ ਬਿਠਾਤੀਆਂ, ਉਹ ਵੀ ਇਹਨਾਂ ਦੀ ਬਦੌਲਤ ਬੈਠੀਆਂ। ਜੇ ਸਹੀ ਪੰਜਾਬ ਲਈ ਕੰਮ ਕਰਦੇ, ਇਹਨਾਂ ਨੂੰ ਦੀਦਾ ਨਹੀਂ ਵੀ ਨਹਿਰ ਦਾ ਪਾਣੀ, ਨਹਿਰਾਂ 'ਚ ਪਾਣੀ ਆਉਂਦਾ, ਦੀਦਾ ਇਹਨਾਂ ਨੂੰ, ਇਹ ਕਿਉਂ ਨਹੀਂ ਮੋਰਚਾ ਲਾਉਂਦੇ ਵੀ ਸਾਡੇ ਹਰ ਘਰ ਅਤੇ ਹਰ ਟੂਟੀ 'ਤੇ ਡੈਰੀ ਪਾਣੀ ਹੋਣਾ ਚਾਹੀਦਾ? ਨਹੀਂ, ਮੋਰਚਿਆਂ 'ਚੋਂ ਕਿਉਂ ਭੱਜ ਗਈ ਪਾਰਟੀ? ਤੁਹਾਨੂੰ ਕੀ ਲੱਗਦਾ ਕਿ ਜਿਹੜੇ ਮੋਰਚਿਆਂ 'ਚੋਂ ਨਿਕਲੀ ਪਾਰਟੀ ਸੀ, ਉਹ ਮੋਰਚੇ ਕਿਤੇ ਨਜ਼ਰ ਹੀ ਨਹੀਂ ਆਉਂਦੇ ਹੁਣ ਤਾਂ? ਇਹ ਮੋਰਚੇ ਕਿੱਦਾਂ ਲੱਗਦੇ ਜੀ? ਮੋਰਚੇ ਲੱਗਦੇ ਲੋਕਾਂ ਨਾਲ, ਲੋਕਾਂ ਦੇ ਸਿਰ 'ਤੇ। ਲੋਕਾਂ ਨੇ ਨਕਾਰ ਦਿੱਤੀ ਪਾਰਟੀ, ਮੋਰਚਾ ਕਿੱਦਾਂ ਲਾ ਦੂਗੀ? ਪਬਲਿਕ ਨੇ ਲਾਉਣਾ ਜੀ। ਇਹਨੂੰ ਦਿਸਦਾ ਹੋਵੇ ਵੀ ਨਹਿਰੀ ਪਾਣੀ ਅਸੀਂ ਸਾਰੇ ਘਰ ਨੂੰ ਅਤੇ ਹਰ ਖੇਤ ਨੂੰ ਟੂਟੀ 'ਤੇ ਨਹਿਰੀ ਪਾਣੀ ਲਿਆ ਦੇਵਾਂ। ਜਿਹਨੂੰ ਦਿਸਦਾ ਹੋਵੇ ਬਾਰਡਰ ਖਲਾਉਣਾ, ਜਿਹਨੂੰ ਦਿਸਦਾ ਹੋਵੇ ਆਹ ਲਾਗੇ ਹੈਗਾ ਹਿਮਾਚਲ ਆ, ਇਹਦੇ ਵਿੱਚ ਅਸੀਂ ਜ਼ਮੀਨ ਨਹੀਂ ਖਰੀਦ ਸਕਦੇ, ਵੋਟ ਨਹੀਂ ਬਣਾ ਸਕਦੇ, ਜੋ 1 ਨਵੰਬਰ 1966 ਨੂੰ ਕਾਨੂੰਨ ਬਣਿਆ, ਇਹ ਕਿਉਂ ਨਹੀਂ ਇਹਨਾਂ ਨੇ ਐਜੀਟੇਸ਼ਨ ਚਲਾਈ ਵੀ ਪੰਜਾਬ ਨੂੰ ਕਿਹਨੇ ਬਣਾ ਤਾ ਆਪਣਾ ਸ਼ਾਮਲਾਟ?
ਜਿਹੜਾ ਮਰਜ਼ੀ ਹੁੰਦਾ ਪੰਜਾਬ 'ਚ ਵੋਟ ਬਣਾਉਂਦਾ, ਜਿਹੜਾ ਮਰਜ਼ੀ ਪ੍ਰੋਪਰਟੀ ਖਰੀਦਦਾ। ਇਹਨਾਂ ਨੇ ਕਿਉਂ ਨਹੀਂ ਚਲਾਈ, ਇਹਨਾਂ ਨੇ ਕਿਉਂ ਨਹੀਂ MSP ਬਾਰੇ, ਚਲੋ ਛੱਡੋ ਜਿਹੜੀਆਂ ਹੋਰ ਹੈਗੀਆਂ ਫਸਲਾਂ ਜਾਂ ਇੰਡਸਟਰੀ, ਉਹਨੇ ਕਿਉਂ ਨਹੀਂ ਕੀਤਾ? ਇਹ ਜੇ ਕਰਦੇ ਤਾਂ ਲੋਕਾਂ ਨੇ ਇਹਨਾਂ ਦਾ ਸਾਥ ਦੇਣਾ। ਅਤੇ ਚੰਡੀਗੜ੍ਹ ਪੰਜਾਬ ਦੇ ਜਿਹੜੇ ਇਲਾਕੇ ਨੇ ਇਹ ਰੌਲੇ ਪਾਉਂਦੇ ਰਹੇ ਨੇ, ਇਹਨਾਂ ਨੇ ਸਾਰੇ ਆਪਣੇ ਉਹ ਵਿੱਚੋਂ ਕਰਦੇ, ਮਨਫੀ ਕਰਦੇ ਵੀ 28-30 ਪਿੰਡਾਂ ਨੂੰ ਉਜਾੜ ਕੇ ਵਸਿਆ ਹੋਇਆ ਚੰਡੀਗੜ੍ਹ ਲੈ, ਉਹ ਨਹੀਂ ਲੈ ਸਕੇ। 15 ਸਾਲ ਇਹਨਾਂ ਨੇ ਰਹੇ, 15 ਸਾਲ ਤਾਂ ਲਗਾਤਾਰ, 5-5 ਸਾਲ ਦੀ ਟਰਮ ਹੋ ਗਈ, ਪਹਿਲਾਂ 2 ਸਾਲ, ਫਿਰ 3 ਸਾਲ, ਫਿਰ 15 ਸਾਲ। ਇਹਨਾਂ ਨੂੰ ਪੁੱਛੋ ਵੀ ਭਾਜਪਾ ਸੈਂਟਰ ਤੁਹਾਡੀ ਭਾਈ, ਤੁਸੀਂ ਜਿਹੜੀ ਬੰਦੀ ਸਿੰਘਾਂ ਦੀ ਰੈਲੀ ਕੀ ਕੀਤਾ, ਇਹ ਦੱਸ ਦੇਣ। ਇਹ ਸਾਰੀਆਂ ਚੀਜ਼ਾਂ ਨੇ ਨਿਗਾਰ ਦਾ ਕਾਰਨ, ਬਿਲਕੁਲ ਨਿਗਾਰ ਦਾ ਕਾਰਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ, ਮੈਂ ਨਹੀਂ ਕਹਿੰਦਾ ਇੰਨੀ ਬੇਅਦਬੀ ਕਰਾਈ, ਪਰ ਇਹਨੂੰ ਪਤਾ ਸੀ ਕਿਹਦੀ ਕਰਾਈ। ਇਹਨਾਂ ਨੂੰ ਪਤਾ ਸੀ ਸੁਮੇਧ ਸੈਣੀ ਨੇ ਕੀ ਕੀ ਕੀਤਾ, ਸਿੱਖਾਂ ਦੇ ਖੂਨ ਦੇ ਨਾਲ ਉਹਦੇ ਦੇ ਹੱਥ ਨੇ ਰੋਮ ਰੋਮ ਰੰਗਿਆ। ਜਦੋਂ ਇਹਨਾਂ ਨੇ DGP ਬਣਾਇਆ, ਇਹ ਜਿਹੜੇ ਬੋਲਦੇ ਨੇ ਹੁਣ, ਇਹਨਾਂ ਨੂੰ ਪਤਾ ਨਹੀਂ ਸੀ ਵੀ ਇਹਨੂੰ ਬਣਾ ਰਹੇ, ਕਿਉਂ ਨਹੀਂ ਵਿਰੋਧ ਕੀਤਾ? ਜੇ ਵਿਰੋਧ ਕਰਦੇ, ਹੋ ਸਕਦਾ ਇਹ ਕੰਮ ਨਾ ਹੁੰਦਾ, ਹੋ ਸਕਦਾ ਉਹ ਜਿਹੜਾ ਬਹਿਬਲ ਗੋਲੀਕਾਂਡ ਜਾਂ ਕੋਟਕਪੂਰੇ ਨਾ ਹੁੰਦਾ, ਕਿਉਂ ਨਹੀਂ ਕੀਤਾ? ਇਹਨਾਂ ਨੂੰ ਪਤਾ ਸਾਰਾ। ਇਹਨਾਂ ਨੇ ਹੁਣ, ਇਹਨਾਂ ਨੇ ਜਿਹੜੀਆਂ ਸਿੱਧਾ ਪੰਜਾਬੀ ਦੀ ਕਹਾਵਤ ਆ, ਹੱਥ ਨਾਲ ਦਿੱਤੀਆਂ ਗੰਢਾਂ ਹੁਣ ਮੂੰਹ ਨਾਲ ਖੋਲਣੀਆਂ ਨਹੀਂ, ਖੁੱਲਣੀਆਂ ਹੀ ਨਹੀਂ। ਹੁਣ ਤਾਂ ਇਹਨਾਂ ਦੀ ਸਿਆਣਪਾ ਵੀ ਬਾਗਡੋਰ ਜਿਹੜੀ ਆ, ਜਿਹੜੇ ਸਾਰੇ ਪੰਜਾਬ ਦੇ ਹੱਥ ਜੋੜ ਕੇ ਕਹਿਣ ਵੀ ਜਿਹੜੇ ਮਰਜ਼ੀ ਆਓ ਮੈਂਬਰ ਬਣੋ, ਜਿਹੜੇ ਕਾਬਲ ਬੰਦੇ ਆ ਉਹਨਾਂ ਨੂੰ ਮੋਹਰੇ ਲਿਆਉਣ, ਜਾਂ ਪਿੱਛੇ ਹਟਣਾ ਪਊਗਾ ਇਹਨਾਂ ਨੂੰ। ਜਿੰਨਾ ਚਿਰ ਪਿੱਛੇ ਨਹੀਂ ਹਟਦੇ ਜੀ, ਲੋਕਾਂ ਦੇ ਸਾਥ ਦੇਣਾ, ਇਹਨੇ ਦੇ ਕਮੈਂਟ ਪੜ੍ਹ ਲੈਣ, ਕਮੈਂਟ ਪੜ੍ਹ ਲੈਣ, ਜਿਹੜੇ ਇਹ ਜਾਣੀ ਕਿ ਚੱਲੇ ਹੋਏ ਖੁੰਡ ਲਾ ਲਓ, ਚਾਹੇ ਪੁਰਾਣੇ ਲਾ ਲਓ, ਇਹਨਾਂ ਨੂੰ ਪਿੱਛੇ ਹੋਣਾ ਪਊ ਸਾਰਿਆਂ, ਬਿਲਕੁਲ ਹੋਣਾ ਪਊ। ਲੋਕ ਇਹਨਾਂ ਦੀ ਲਿਸਟ ਮੋਹਰੇ ਲੈ ਹੁੰਦੇ, ਵੀ ਆਹ ਲੀਡਰ ਸੀ, ਆਹ ਲੀਡਰ ਤੁਸੀਂ ਵੀ ਨਾਲ ਬੈਠੇ ਸੀ ਜਦੋਂ ਫੈਸਲੇ ਹੋਏ ਨੇ, ਬਿਲਕੁਲ ਵੀ ਤੁਸੀਂ ਵੀ ਨਾਲ ਹੀ ਸੀ, ਤੁਸੀਂ ਉਦੋਂ ਵਿਰੋਧ ਕਿਉਂ ਨਹੀਂ ਕੀਤਾ? ਜਦੋਂ ਰਾਸ ਦਾ ਭੋਗੇ, ਜਿਹੜੇ ਰਾਸ ਦਾ ਭੋਗ ਚੁੱਕੇ ਨੇ, ਜਿਹੜੇ ਐਸ਼ ਇਸ਼ਵਰਤ ਕਰ ਚੁੱਕੇ ਨੇ ਇਸ ਸੱਤਾ ਦੀ ਕੁਰਸੀ ਦੀ, ਜਿੰਨਾ ਚਿਰ ਉਹ ਪਿੱਛੇ ਨਹੀਂ ਹਟਦੇ ਲੋਕਾਂ ਨੇ ਹੁਣ ਦਰਕਾਰ ਨਾ, ਹੁਣ ਇਹਨਾਂ ਨੂੰ ਮਰੇ। ਕੌਮੀ ਇਨਸਾਫ ਮੋਰਚੇ ਦਾ ਕੀ ਬਣ ਰਿਹਾ? ਬਹੁਤ ਸਮਾਂ ਹੋ ਗਿਆ, 1.5 ਸਾਲ ਤੋਂ ਉੱਪਰ ਦਾ ਸਮਾਂ ਹੋਣ ਵਾਲਾ ਹੈ, ਕੀ ਕੋਈ ਅਗਲਾ ਪ੍ਰੋਗਰਾਮ ਦੇਣ ਜਾ ਰਹੇ ਹੋ? ਕਿੱਥੇ ਪਹੁੰਚੀ ਗੱਲ? ਕੋਈ ਸਰਕਾਰ ਦੇ ਨਾਲ ਚੱਲੀ ਗੱਲਬਾਤ ਸਿੰਘਾਂ ਨੂੰ ਲੈ ਕੇ? ਤਕਰੀਬਨ 1 ਮਹੀਨਾ ਹੋ ਗਿਆ ਸਰਕਾਰ ਨਾਲ ਕੋਈ ਨਹੀਂ ਗੱਲ ਚੱਲਦੀ। ਇਹ ਵੀ ਪਹਿਲੀ ਵਾਰੀ ਹੋਇਆ ਸਾਇਥ ਹਿਸਟਰੀ 'ਚ ਕਿ 9 ਅਪ੍ਰੈਲ ਨੂੰ ਹਾਈ ਕੋਰਟ ਨੇ ਇਸੇ ਸਾਲ ਆਰਡਰ ਕੀਤਾ ਵੀ ਮੋਰਚਾ ਚੁਕਾਓ ਅਤੇ ਖਾਲੀ ਕਰਾਓ। ਇਹ ਪਹਿਲੀ ਵਾਰੀ ਹੋਇਆ ਵੀ ਪੰਜਾਬ ਦੀ ਸਰਕਾਰ, UT ਸਰਕਾਰ ਚੰਡੀਗੜ੍ਹ ਦੀ ਪ੍ਰਸ਼ਾਸਨ, ਸੁਪਰੀਮ ਕੋਰਟ ਗਿਆ ਵੀ ਅਸੀਂ ਮੋਰਚਾ ਨਹੀਂ ਚੁਕਾ ਸਕਦੇ, ਬਹੁਤ ਸ਼ਾਂਤ ਵੀ ਢੰਗ ਨਾਲ ਬਹੁਤ ਵਧੀਆ ਤਰੀਕੇ ਨਾਲ ਮੋਰਚਾ ਲੱਗਾ, ਇਹਨੂੰ ਚੁਕਾ ਨਹੀਂ ਸਕਦੇ, ਰਾਹ ਨਹੀਂ ਖੜੇਗਾ, ਅਤੇ ਇੱਥੇ ਖੂਨ ਖਰਾਬਾ ਵੀ ਹੋ ਸਕਦਾ। ਇਹਨਾਂ ਨੇ ਉੱਥੇ ਕਿਹਾ ਵੀ ਇੱਕ ਇਲੈਕਸ਼ਨ ਆ ਰਹੀ ਆ, ਅਸੀਂ ਕਰਾ ਨਹੀਂ ਸਕਦੇ। ਇਹ ਪਹਿਲੀ ਵਾਰੀ ਹੋਇਆ ਅਤੇ ਹੁਣ 12 ਜੁਲਾਈ ਤਰੀਕ ਹੈ ਜੀ, ਵੀ ਸੁਪਰੀਮ ਕੋਰਟ ਨੇ ਕਿਹਾ ਵੀ ਇਹਨਾਂ ਨੂੰ ਵੀ ਪੁੱਛੋ ਕਿਉਂ ਬੈਠੇ ਨੇ। ਹੁਣ ਸਾਡੀਆਂ ਜਿਹੜੀਆਂ ਪੁੱਛਲੇ, ਤੁਹਾਨੂੰ ਆ ਕੇ ਕਿਸੇ ਅਫਸਰ ਨੇ ਪੁੱਛਿਆ? ਨਹੀਂ ਜੀ, ਸੁਪਰੀਮ ਕੋਰਟ ਨੇ ਕਿਹਾ ਵੀ ਇਹਨਾਂ ਦਾ ਵੀ ਪੱਖ ਜਾਣੋ, ਹੁਣ ਅਸੀਂ ਉੱਥੇ ਆਪਣਾ ਪੱਖ ਰੱਖਾਂਗੇ, ਅਸੀਂ ਇੱਥੇ ਬੈਠੇ ਕਿਉਂ ਆ, ਸਾਡਾ ਕਾਰਨ ਤਿਆਰ ਕਰ ਲਿਆ ਸਾਰਾ ਖਰੜਾ ਜਿਹੜਾ, ਬਿਲਕੁਲ ਵਕੀਲਾਂ ਨੇ ਉੱਥੇ ਜਾ ਕੇ, ਬਿਲਕੁਲ ਹਾਂਜੀ, ਉੱਥੇ ਪੇਸ਼ ਹੋਵਾਂਗੇ, ਦੱਸਾਂਗੇ ਵੀ ਸਾਡੀਆਂ ਆ ਡਿਮਾਂਡ ਜਾਂ ਗਲਤ ਸਪਸ਼ਟ ਆ ਜੀ। ਸਾਡਾ ਤਾਂ ਸਿੱਧੇ ਰੂਪ 'ਚ ਸਵਾਲ ਵੀ, ਜਾਂ ਤੁਸੀਂ ਕਹਿ ਦਿਓ ਜਿਹੜੇ ਬੰਦੀ ਸਿੰਘ ਆ ਪੰਜਾਬ ਭਾਰਤ ਦੇ ਨਾਗਰਿਕ ਦੀ, ਅਸੀਂ ਨੀਚੇ ਛੱਡਣੇ, ਜਾਂ ਤੁਸੀਂ ਕਹਿ ਦਿਓ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਰੁੜਨ ਦੇਣਾ, ਜੋ ਮਰਜ਼ੀ ਪਿਆ ਦੀ, ਸਾਨੂੰ ਕੋਈ ਪਰਵਾਹ ਨਹੀਂ। ਜੇ ਗੁਰੂ ਗ੍ਰੰਥ ਸਾਹਿਬ ਵਿੱਚ ਇੰਨੀਆਂ ਭਗਤਾਂ ਦੀ, ਇੰਨੀਆਂ ਦੂਸਰਿਆਂ ਦੀ, ਸਾਰੇ ਧਰਮਾਂ ਦੀ, ਵੱਖਰੀਆਂ ਵੱਖਰੀਆਂ ਸ਼੍ਰੇਣੀਆਂ ਤੋਂ ਭਗਤਾਂ ਦੀ ਬਾਣੀ ਹੈ, ਫਿਰ ਉਹਦੇ ਉਸ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਕੇਵਲ ਅਤੇ ਕੇਵਲ ਹੈਰਾਨਗੀ ਵਾਲੀ ਗੱਲ ਆ ਵੀ ਪੰਜਾਬ 'ਚ ਬੇਅਦਬੀ ਹੋ ਰਹੀ, ਕਿਤੇ ਹੋਰ ਨਹੀਂ ਹੋ ਰਹੀ, ਕਿਸੇ ਹੋਰ ਮੁਲਕ 'ਚ ਨਹੀਂ ਹੋ ਰਹੀ, ਕਿਸੇ ਹੋਰ ਸਟੇਟ 'ਚ ਨਹੀਂ ਹੋ ਰਹੀ। ਉਹ ਜਿੰਨਾ ਚਿਰ ਇਹ ਸਿੱਧੇ ਹੋ ਕੇ ਦੱਸਦੇ ਨਹੀਂ, ਅਸੀਂ ਇਹ ਪੇਸ਼ ਕਰਾਂਗੇ ਵੀ ਕਿਉਂ ਹੋ ਰਹੀ ਹੈ, ਕੋਈ ਪ੍ਰੋਗਰਾਮ ਕਿਉਂ ਨਹੀਂ ਹੁੰਦਾ?
ਦੇਖੋ ਜੀ, ਸਾਡਾ ਜਿਹੜਾ ਮੋਰਚਾ ਹੈ ਧਾਰਮਿਕ, ਸਮਾਜਿਕ ਅਤੇ ਆਪਣੀਆਂ ਕਿਸਾਨ ਜਥੇਬੰਦੀਆਂ 'ਤੇ ਜ਼ਿਆਦਾ ਨਿਰਭਰ ਕਰਦਾ, ਠੀਕ ਹੈ ਜੀ। ਉਹ ਜਿਹੜੀਆਂ ਹੈਗੀਆਂ ਕਿਸਾਨ ਜਥੇਬੰਦੀਆਂ ਜਾਂ ਸਮਾਜ ਜਥੇਬੰਦੀਆਂ ਜਾਂ ਮਜ਼ਦੂਰ ਸ਼੍ਰੇਣੀਆਂ, ਉਹ ਹੁਣ ਝੋਨੇ 'ਚ ਰੁੱਝੀਆਂ, ਪਹਿਲਾਂ ਕਣਕ। ਹੁਣ ਜਦੋਂ ਇਹ ਤੋਂ ਰਾਹਤ ਮਿਲੂ, ਅਸੀਂ ਬਹੁਤ ਵਧੀਆ ਵਧੀਆ ਪ੍ਰੋਗਰਾਮ ਦੇਣ ਜਾ ਰਹੇ ਹਾਂ, ਦੇਵਾਂਗੇ ਵੀ। ਅਸੀਂ ਉਹਨਾਂ ਦੇ ਬਾਰੇ ਵੀ ਸੋਚਦੇ ਵੀ ਸਾਨੂੰ ਵੀ ਪਤਾ, ਅਸੀਂ ਵੀ ਕਿਸਾਨੀ ਨਾਲ ਸੰਬੰਧ ਆ ਵੀ ਕਿੰਨਾ ਔਖਾ ਕੰਮ ਹੈ ਕਿਸਾਨੀ 'ਚੋਂ ਪਿੰਡਾਂ 'ਚੋਂ ਟਾਈਮ ਕੱਢਣਾ। ਅਸੀਂ ਉਹਨਾਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ, ਅਸੀਂ ਪ੍ਰੋਗਰਾਮ ਲਿਖਾਂਗੇ, ਵਧੀਆ ਪ੍ਰੋਗਰਾਮ ਦੇਵਾਂਗੇ ਜਿੱਦਾਂ ਅੱਗੇ ਦਿੰਦੇ ਰਹੇ। ਪਰ ਅਸੀਂ ਇੱਦਾਂ ਨਹੀਂ ਵੀ ਰੋਜ਼ ਪ੍ਰੋਗਰਾਮ ਦੇਈਏ, ਅਸੀਂ ਕੋਸ਼ਿਸ਼ ਕਰਾਂਗੇ ਇੱਕ ਦੋ ਦਿਨ ਛੱਡ ਕੇ ਦੇਈਏ, ਤਾਂ ਕਿ ਸਾਡੇ ਵੀਰਾਂ ਨੂੰ, ਪੰਜਾਬ ਦੇ ਲੋਕਾਂ ਨੂੰ ਕੋਈ ਪਰੇਸ਼ਾਨੀ। ਇੱਕ ਹੋਰ ਸਵਾਲ ਆ, ਨਿਹੰਗ ਸਿੰਘ ਜਥੇਬੰਦੀਆਂ ਬੈਠੇ ਹਨ ਤੁਹਾਡੇ ਨਾਲ, ਜਥੇਦਾਰ ਰਾਜਾ ਸਿੰਘ ਦਾ ਵੀ ਗਿਲਾ ਹੈ ਕਮੇਟੀ ਦੇ ਨਾਲ। ਉਹ ਕਹਿੰਦੇ ਕਿ ਸਾਡੇ ਘੋੜਿਆਂ ਦੇ ਲਈ ਚਾਰਾ ਮੁੱਕ ਗਿਆ, ਦਾਣਾ ਫੱਕਾ ਮੁੱਕ ਗਿਆ, ਅਸੀਂ ਪੈਸੇ ਤਾਂ ਮੰਗੇ ਨਹੀਂ ਕਿਸੇ ਤੋਂ ਵੀ, ਕਮੇਟੀ ਲਵੇ ਫੰਡ ਵੀ ਆਉਂਦਾ ਪਰ ਸਾਡੀ ਮਦਦ ਨਹੀਂ ਹੁੰਦੀ, ਉਹਨਾਂ ਦਾ ਗਿਲਾ ਹੈ ਤੁਹਾਡੇ ਨਾਲ? ਨਹੀਂ, ਕੋਈ ਨਹੀਂ ਗਿਲਾ ਉਹਨਾਂ ਦਾ। ਮੈਂ ਤਾਂ ਕਈਆਂ ਦਿਨਾਂ ਬਾਅਦ ਆਇਆ, ਸਿਹਤ ਠੀਕ ਨਹੀਂ ਸੀ। ਜੇ ਉਹਨਾਂ ਦਾ ਗਿਲਾ ਜਾਇਜ਼ ਹੋਇਆ ਤਾਂ ਜ਼ਰੂਰ ਉੱਤੇ ਵਿਚਾਰ ਹੋਊਗੀ। ਘੋੜੇ ਵੀ ਉਸ, ਨਿਹੰਗ ਸਿੰਘ ਵੀ ਸਾਡੇ ਨੇ, ਘੋੜੇ ਵੀ ਸਾਡੇ ਨੇ, ਸਾਡਾ ਫਰਜ਼ ਹੈ, ਅਸੀਂ ਦਾਣਾ ਪਾਣੀ ਦੇਵਾਂਗੇ। ਪਹਿਲਾਂ ਦਿੰਦੇ ਰਹੇ ਹਾਂ, ਕਦੀ ਕੋਈ ਤੋਟ ਨਹੀਂ ਆਈ ਕਿਸੇ, ਜੇ ਹੁਣ ਕੋਈ ਆਈ ਹੋ ਗਿਆ ਅਸੀਂ ਉਹਨਾਂ ਨੂੰ ਪੁੱਛਾਂਗੇ ਜਾ ਕੇ, ਕੋਈ ਗੱਲ ਨਹੀਂ, ਉਹ ਦੇਣਗੇ, ਸਾਡਾ ਫਰਜ਼ ਵਾ। ਬਾਕੀ ਜਿੱਥੋਂ ਤੱਕ ਫੰਡਾਂ ਦਾ ਹੈਗਾ, ਕੋਈ ਇੰਨੇ ਵੱਡੇ ਫੰਡ ਨਹੀਂ ਆਉਂਦੇ, ਇਹ ਤੁਹਾਨੂੰ ਹੀ ਪਤਾ, ਸੰਗਤ ਨਾਲ ਪ੍ਰੋਗਰਾਮਾਂ ਨਾਲ ਫੰਡ ਆਉਣੇ ਆ, ਨਾ ਅਸੀਂ ਅਪੀਲ ਕਰਦੇ ਹਾਂ, ਨਾ ਅਸੀਂ ਕੋਈ ਵੀਡੀਓ ਪਾਉਂਦੇ ਵੀ ਸਾਨੂੰ ਫੰਡ ਦਿਓ। ਜਿੰਨੇ ਕੁ ਫੰਡ ਆਉਂਦੇ ਸੀ ਉਹ ਸਰਫੇ ਦੇ ਨਾਲ, ਸੰਜਮ ਦੇ ਨਾਲ, ਪੰਜਾਬੀ 'ਚ ਕਹਿ ਲਓ ਕੰਜੂਸੀ ਦੇ ਨਾਲ ਸਾਰਦੇ ਹਾਂ। ਬਾਕੀ ਦੂਸਰੀ ਗੱਲ, ਇਹ ਸਿੱਖ, ਇਹ ਸੰਘਰਸ਼ਮਈ, ਸੰਘਰਸ਼ ਵਾਲਾ ਇਹ ਮੋਰਚਾ ਹੈ। ਇੱਥੇ ਕੋਈ ਐਸ਼ ਕਰਦਾ ਹੈ ਨਹੀਂ, ਇੱਥੇ ਸੁੱਖੀ ਸੁੱਖੀ ਖਾ ਕੇ ਤੰਬੂਆਂ ਜੀ ਕੇ, ਮੈਨੂੰ ਤਾਂ ਉਹਨਾਂ ਲੋਕਾਂ 'ਤੇ ਤਰਸ ਆਉਂਦਾ ਜਿਹੜੇ 31 ਫੈਬਰੀ ਜਿੱਥੇ ਜਾਂਦੇ ਨੇ, ਰੋਜ਼ ਧੁੱਪ ਹੋਵੇ, ਮੀਂਹ ਹੋਵੇ, ਨੇਰੀ ਹੋਵੇ, ਮਾਵਾਂ ਭੈਣਾਂ ਸਾਡੀਆਂ ਬੈਠੀਆਂ ਨੇ, ਕਿੰਨੀ ਤਪਸ਼ ਵਿੱਚ ਬਹਿਲੀਆਂ ਰਹੀਆਂ, ਬਜ਼ੁਰਗ ਸਾਡੇ ਬੈਠੇ ਨੇ, ਉਹਨਾਂ ਦੀ ਬਦੌਲਤ, ਉਹਨਾਂ ਦੀਆਂ ਅਰਦਾਸਾਂ ਜਿਹੜੀਆਂ ਦੇਸ਼ਾਂ ਵਿਦੇਸ਼ਾਂ ਦੀਆਂ ਹੋ ਰਹੀਆਂ। ਇਹ ਮੋਰਚਾ ਇੰਨੇ ਚਿਰ ਤੋਂ ਲੱਗਾ, ਕਿਹੜੇ ਮੋਰਚੇ ਆ ਜੀ, 1.5 ਸਾਲ ਹੋ ਜਾਣਾ ਜੀ ਆਖਰੀ 7 ਜੁਲਾਈ ਨੂੰ ਇਸ ਮੋਰਚੇ ਨੂੰ। ਕਈ ਇਸ ਤਰ੍ਹਾਂ ਦਾ ਵੀ ਪ੍ਰੋਪੋਗੰਡਾ ਹੁੰਦਾ, ਕਹਿੰਦੇ ਮੋਰਚਾ ਤਾਂ ਹੁਣ ਖਤਮ ਹੋ ਗਿਆ ਜੀ, ਕਹਿੰਦੇ ਉੱਥੇ ਤਾਂ ਕੁਛ ਰਹੀ ਨਹੀਂ ਹੈਗਾ, ਕੋਈ ਮੌਜੂਦ ਹੀ ਨਹੀਂ ਉੱਥੇ ਸੰਗਤ, ਇਹ ਵੀ ਪ੍ਰੋਪੋਗੰਡਾ ਚੱਲ ਰਿਹਾ ਬੜੇ ਵੱਡੇ ਪੱਧਰ 'ਤੇ, ਇਹ ਮੋਰਚਾ ਖਤਮ ਹੋ ਗਿਆ। ਜੇ ਮੋਰਚਾ ਖਤਮ ਹੋ ਗਿਆ ਤਾਂ ਸੁਪਰੀਮ ਕੋਰਟ ਕਿੱਦਾਂ ਕਹਿ ਰਹੀ ਆ, ਜਾਂ ਹਾਈ ਕੋਰਟ 'ਚ ਇਹ ਪ੍ਰਸ਼ਾਸਨ ਕਿੱਦਾਂ ਜਾ ਕੇ ਕਹਿ ਰਿਹਾ ਅਸੀਂ ਮੋਰਚਾ ਨਹੀਂ ਚੁਕਾ ਸਕਦੇ? ਇਹਦਾ ਮਤਲਬ ਵੀ ਮੋਰਚਾ ਬੜਾ ਸਟਰੋਂਗ ਆ, ਇਹਨਾਂ ਨੂੰ ਪਤਾ ਵੀ ਅਸੀਂ ਚੁਕਾ ਨਹੀਂ ਸਕਦੇ, ਮੋਰਚਾ ਤਕੜਾ ਕਰਕੇ ਹੀ ਗਏ ਨਾ, ਅਤੇ ਮੋਰਚਾ ਤਕੜਾ ਕਰਕੇ ਸੁਪਰੀਮ ਕੋਰਟ ਨੇ ਕਿਹਾ ਵੀ ਤੁਸੀਂ ਇਹ ਇਹ ਇਹਨਾਂ ਨੂੰ ਸੁਣੋ ਵੀ ਇਹ ਕਿਉਂ ਬੈਠੇ ਨੇ ਇਹ ਮੋਰਚੇ। ਫਿਰ ਦੂਸਰੀ ਗੱਲ, ਦੁਨੀਆ ਦੇ ਦੱਸ ਦੇਵੇ ਕੋਈ ਕੋਈ ਪਾਰਟੀ, ਕੋਈ ਰਾਜਨੀਤੀ, ਕੋਈ ਸਮਾਜਿਕ ਪਾਰਟੀ ਜਿਹੜੀ 1.5 ਸਾਲ ਤੋਂ ਚੰਡੀਗੜ੍ਹ ਦਾ ਰਾਹ ਰੋਕਿਆ ਹੋਵੇ, ਕੋਈ ਦੱਸ ਦੇਵੇ ਚੰਡੀਗੜ੍ਹ ਦੇ ਵਿੱਚ ਜਾਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਮੋਹਾਲੀ ਵਿਖੇ 1,30,000 ਦਾ ਇਕੱਠ ਹੋਇਆ ਹੋਵੇ 26 ਜਨਵਰੀ ਪਿਛਲਾ, ਕੋਈ ਦੱਸ ਦੇਵੇ ਵੀ 15 ਅਗਸਤ ਨੂੰ 70,000 ਦਾ ਇਕੱਠ ਹੋਇਆ, ਕੋਈ ਦੱਸ ਦੇ ਵੀ ਕਿਸੇ ਦੋਹਾਂ ਤਿੰਨਾਂ ਪ੍ਰੋਗਰਾਮ ਵਿੱਚ, ਫਿਰ 7 ਜਨਵਰੀ ਨੂੰ ਹੋਇਆ, 11 ਨੂੰ ਹੋਇਆ, ਟੋਲ ਪਲਾਜ਼ੇ ਬੰਦ ਕੇ ਕਿਸੇ ਇੱਕ ਵੀ ਗੱਡੀ 'ਤੇ ਝਰੀਟ ਵੱਜੀ ਹੋਵੇ, ਕਿਸੇ ਇੱਕ ਵੀ ਆਮ ਨਾਗਰਿਕ ਨੇ ਦੁੱਖ ਮਹਿਸੂਸ ਕੀਤਾ ਹੋਵੇ ਇਸ ਮੋਰਚੇ ਪਰ, ਇਹਦਾ ਮਤਲਬ ਮੋਰਚੇ ਦੇ ਜਿਹੜੇ ਔਰਗੇਨਾਈਜ਼ਰ ਆ ਜਾਂ ਗੁਰੂ ਕਿਰਪਾ ਵਾ ਜਾਂ ਜਥੇਦਾਰ ਜਗਤਾਰ ਸਿੰਘ ਵਾਰਾ ਅੰਦਰੋਂ ਹੀ ਅਰਦਾਸਾਂ ਕਰਦੇ ਨੇ ਮੋਰਚੇ, ਵੀ ਇਹਦਾ ਮਤਲਬ ਮੋਰਚਾ ਖਤਮ ਨਹੀਂ ਹੋਇਆ, ਮੋਰਚੇ ਵਾਲੇ ਭੱਜੇ ਨਹੀਂ, ਮੋਰਚਾ ਵਿਕਿਆ ਨਹੀਂ, ਮੋਰਚਾ ਟੁੱਟਿਆ ਨਹੀਂ, ਮੋਰਚਾ ਸਟਿਲ ਉੱਥੇ ਜਗ੍ਹਾ 'ਤੇ ਚੱਲ ਰਿਹਾ ਜਿੱਦਾਂ ਪਹਿਲਾਂ ਚੱਲ ਰਿਹਾ ਸੀ। ਬਹੁਤ ਬਹੁਤ ਧੰਨਵਾਦ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਥੈਂਕ ਯੂ ਭਾਈ ਪਾਲ ਸਿੰਘ ਫਰਾਂਸੀ, ਮੋਰਚੇ ਦੇ ਆਗੂ ਨੇ ਤਮਾਮ ਗੱਲਾਂ ਉਹਨਾਂ ਨੇ ਸਾਂਝੀਆਂ ਕੀਤੀਆਂ ਨੇ, ਮੋਰਚੇ ਦੇ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਕਿਹੜੇ ਪੜਾਅ 'ਤੇ ਇਸ ਸਮੇਂ ਮੋਰਚਾ ਚੱਲ ਰਿਹਾ, ਭਾਵੇਂ ਕਿ ਸੁਪਰੀਮ ਕੋਰਟ ਦੇ ਵਿੱਚ ਇਹ ਮਾਮਲਾ ਚੱਲਿਆ ਗਿਆ, ਆਉਣ ਵਾਲੇ ਦਿਨਾਂ ਦੇ ਵਿੱਚ ਸੁਣਵਾਈ ਹੋਵੇਗੀ, ਤਾਂ ਮੋਰਚੇ ਦੇ ਆਗੂਆਂ ਨੂੰ ਵੀ ਆਪਣਾ ਪੱਖ ਰੱਖਣ ਦਾ ਮੌਕਾ ਜਿਹੜਾ ਉਹ ਦਿੱਤਾ ਗਿਆ। ਪੂਰੇ ਖਰੜ ਦੇ ਸਮੇਤ
ਮੋਰਚੇ ਦੇ ਜਿਹੜੇ ਵਕੀਲ ਨੇ ਉਹ ਵੀ ਆਪਣਾ ਡਾਟਾ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਜਾਣਗੇ ਵੀ ਸਾਡੀਆਂ ਇਹ ਮੰਗਾਂ ਨੇ, ਸੁਪਰੀਮ ਕੋਰਟ ਇਹਨਾਂ 'ਤੇ ਗੌਰ ਕਰੇ। ਅਤੇ ਦੂਜੀ ਗੱਲ, ਜੋ ਇਸ ਸਮੇਂ ਅਕਾਲੀ ਦਲ ਦੇ ਵਿੱਚ ਟਕਰਾਅ ਚੱਲ ਰਿਹਾ, ਸਾਫ਼ ਕਿਹਾ ਪਾਲ ਸਿੰਘ ਫਰਾਂਸ ਨੇ ਜਿਹੜੀਆਂ ਉਹ ਕੁਤਾਹੀਆਂ ਹੋਈਆਂ ਨੇ, DGP ਸਮੇਤ ਸੈਣੀ ਨੂੰ ਲਗਾਉਣਾ ਜਿਹਨੇ ਸਿੱਖੀ ਦਾ ਘਾਣ ਕੀਤਾ ਹੈ, ਬੇਅਦਬੀਆਂ ਦਾ ਦੌਰ ਚੱਲਿਆ, ਭਾਵੇਂ ਕਿ ਉਸਦੇ ਵਿੱਚ ਸਹੀ ਕਾਰਵਾਈ ਇਹਨਾਂ ਨੇ ਨਹੀਂ ਕੀਤੀ, ਸੌਦਾ ਸਾਧ ਨੂੰ ਮਾਫ਼ੀ ਦੇਣੀ, ਤਮਾਮ ਉਹ ਚੀਜ਼ਾਂ ਨੇ ਜਿਸ ਕਰਕੇ ਅਕਾਲੀ ਦਲ ਦਾ ਇਹ ਹਾਲ ਹੋਇਆ, ਇੱਕ ਪਰਿਵਾਰ ਦਾ ਕਬਜ਼ਾ ਰਿਹਾ। ਇਹ ਵੀ ਇਲਜ਼ਾਮ ਨੇ ਜਿਹੜੇ ਲਗਾਤਾਰ ਲੱਗਦੇ ਰਹੇ ਨੇ, ਇੱਕ ਪਰਿਵਾਰ ਨੇ ਪਾਰਟੀ ਦਾ ਨੁਕਸਾਨ ਕੀਤਾ। ਇਹ ਸਾਰੀਆਂ ਚੀਜ਼ਾਂ ਜ਼ਿਕਰ ਇਹਨਾਂ ਨੇ ਕੀਤਾ ਕਿ ਜੇਕਰ ਨਵੀਂ ਪੀੜ੍ਹੀ ਜਾਂ ਨਵੇਂ ਬੰਦੇ ਪਾਰਟੀ ਦੇ ਵਿੱਚ ਆਉਣਗੇ ਤਾਂ ਹੀ ਲੋਕ ਉਹਨਾਂ ਨੂੰ ਪੰਜਾਬ ਦੇ ਪ੍ਰਵਾਨ ਕਰ ਸਕਦੇ, ਨਹੀਂ ਜੇਕਰ ਜਿਹੜੇ ਹੁਣ ਚਿਹਰੇ ਨੇ, ਜਿਹੜੇ ਹੁਣ ਚਾਹੇ ਉਹ ਧੜੇਬੰਦੀ ਵਾਲੇ ਹੋਣ, ਜਿਹੜੇ ਬਾਗੀ ਹੋਣ, ਚਾਹੇ ਦੂਜੇ ਹੋਣ, ਉਹਨਾਂ ਨੂੰ ਜਿਹੜੇ ਪੰਜਾਬ ਦੇ ਲੋਕ ਉਹ ਪ੍ਰਵਾਨ ਨਹੀਂ ਕਰ ਸਕਦੇ। ਕਾਰਨ ਇਹ ਹੈ ਕਿ ਜਦੋਂ ਇਹ ਗਲਤੀਆਂ ਹੋਈਆਂ, ਇਹ ਸਾਰੇ ਜਿਹੜੇ ਲੀਡਰ ਨੇ ਉਹ ਵਿੱਚ ਬੈਠੇ ਸੀ, ਭਾਵੇਂ ਕਿ ਹੁਣ ਉਹ ਕਹਿ ਰਹੇ ਨੇ ਕਿ ਅਸੀਂ ਦੰਮੀ ਆਵਾਜ਼ ਦੇ ਵਿੱਚ ਬੋਲਦੇ ਰਹੇ ਹਾਂ, ਸਾਡੀ ਨਹੀਂ ਸੁਣਵਾਈ ਹੋਈ, ਸਾਡੀ ਗੱਲ ਨਹੀਂ ਸੁਣੀ ਗਈ, ਸਾਡੀ ਗੱਲ ਸੁਣੇ ਬਿਨਾਂ ਫੈਸਲੇ ਹੋ ਜਾਂਦੇ, ਤਮਾਮ ਸਾਰੀਆਂ ਗੱਲਾਂ ਨੇ। ਪਰ ਇਹ ਵੀ ਸਾਫ਼ ਹੈ ਕਿ ਪੰਜਾਬ ਦੇ ਲੋਕ ਉਹਨਾਂ ਚਿਹਰਿਆਂ ਨੂੰ ਪ੍ਰਵਾਨ ਕਰਨਗੇ ਜਿਹੜੇ ਕਿਸੇ ਗਲਤੀ ਦੇ ਵਿੱਚ ਨਾ ਹੋਏ ਹੋਣ। ਸਾਥੀ ਰਿੱਕੀ ਦੇ ਨਾਲ ਕੁਲਦੀਪ ਸਿੰਘ ਪੋੜੇ, ਰੋਜ਼ਾਨਾ ਸਪੋਕਸਮੈਨ TV, ਮੋਹਾਲੀ।